ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਗੱਲ ਪੰਜਾਬ ਦੀ ਟੀਵੀ ਤੇ, ਮੈਂ ਕੁਲਦੀਪ ਸਿੰਘ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਵਿੱਚ ਸਾਂਝ ਦੇਣ ਲਈ ਜੁੜ ਚੁੱਕੇ ਨੇ ਪ੍ਰਸਿੱਧ ਪੱਤਰਕਾਰ ਗੁਰਮੀਤ ਪਲਾਹੀ ਜੀ। ਪਲਾਹੀ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਮਿਹਰਬਾਨੀ ਕੁਲਦੀਪ ਜੀ। ਹੋਰ ਪਲਾਹੀ ਜੀ, ਗਰਮੀਆਂ ਸ਼ੁਰੂ ਕਰਤੀਆਂ? ਹਾਂ, ਜਾਪਦਾ ਇਹ ਆ ਕਿ ਗਰਮੀਆਂ ਤਾਂ ਸ਼ੁਰੂ ਹੋ ਗਈਆਂ ਨੇ, ਪਰ ਫਸਲਾਂ ਦਾ ਬੜਾ ਨੁਕਸਾਨ ਹੋ ਰਿਹਾ। ਹਰ ਰੋਜ਼ ਕੋਈ ਮੀਂਹ ਪੈ ਜਾਂਦਾ ਜੀ ਜੀ ਕਿਸੇ ਪਾਸੇ, ਮੌਸਮ ਜਿਹੜਾ ਖੁਸ਼ਗਵਾਰ ਜਿਹਾ ਨਹੀਂ ਰਹਿੰਦਾ। ਸ਼ਹਿਰਾਂ ਚ ਰਹਿਣ ਵਾਲੇ ਲੋਕਾਂ ਨੂੰ ਤਾਂ ਐਵੇਂ ਲੱਗਦਾ ਕਿ ਬੜਾ ਅੱਛਾ ਅੱਛਾ ਲੱਗਦਾ, ਪਰ ਪਿੰਡਾਂ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਮਨ ਦੇ ਵਿੱਚ ਤਾਂ ਏਦਾਂ ਦਾ ਗੱਲ ਹੁੰਦੀ ਆ ਵੀ ਫਸਲਾਂ ਉਜੜੀਆਂ ਕਿ ਉਜੜੀਆਂ। ਮੌਸਮ ਚੰਗਾ ਹੋਵੇ ਮਾੜਾ ਹੋਵੇ ਜੀ, ਕਿਸਾਨਾਂ ਨੂੰ ਮਾਰ ਪੈਂਦੀ ਰਹਿੰਦੀ ਹੈ। ਬਿਲਕੁਲ ਬਿਲਕੁਲ, ਇਹ ਬਿਲਕੁਲ ਐਵੇਂ ਹੈ, ਕਿਉਂਕਿ ਇਹ ਕਿਸਾਨ ਸੋਕੇ ਤੋਂ ਵੀ ਡਰਦਾ ਤੇ ਕਿਸਾਨ ਜ਼ਿਆਦਾ ਬਾਰਿਸ਼ ਤੋਂ ਵੀ ਡਰਦਾ। ਜੀ ਜੀ ਬਿਲਕੁਲ। ਤੇ ਪੰਜਾਬ ਤਾਂ ਹੈ ਹੀ ਖੇਤੀ ਪ੍ਰਧਾਨ ਦੇਸ਼, ਆਪਣਾ ਸੂਬਾ ਬਿਲਕੁਲ, ਇੱਥੋਂ ਦੇ ਕਿਸਾਨ ਤਾਂ ਬਿਲਕੁਲ, ਤੇ ਇੱਥੋਂ ਦਾ ਅਰਥਚਾਰਾ ਜਿਹੜਾ ਉਹ ਖੇਤੀ ਨਾਲ ਜੁੜਿਆ ਹੋਇਆ। ਜੀ ਜੀ ਸੋ ਪੰਜਾਬ ਵਿਧਾਨ ਸਭਾ 'ਚ ਇੱਕ ਮਤਾ ਪਾਸ ਕਰਕੇ ਜਲ੍ਹਿਆਂਵਾਲਾ ਕਾਂਡ ਲਈ ਬਰਤਾਨੀਆ ਨੂੰ ਮਾਫ਼ੀ ਮੰਗਣ ਲਈ ਕਿਹਾ ਗਿਆ ਸੀ। ਕੈਨੇਡਾ ਨੇ ਕਾਮਾਗਾਟਾ ਮਾਰੂ ਘਟਨਾ ਲਈ ਮਾਫ਼ੀ ਮੰਗ ਲਈ ਸੀ, ਪਰ ਬਰਤਾਨੀਆ ਮਾਫ਼ੀ ਕਿਉਂ ਮੰਗ ਰਿਹਾ? ਸਾਲ 1919 ਦੀ 13 ਅਪ੍ਰੈਲ ਨੂੰ ਇਹ ਘਟਨਾ ਵਾਪਰੀ ਸੀ, ਕੀ ਬਰਤਾਨੀਆ 100 ਸਾਲ ਬਾਅਦ ਮਾਫ਼ੀ ਮੰਗ ਲਵੇਗਾ? ਦੇਖੋ, ਬੜੀ ਅੱਛੀ ਗੱਲ ਕੀਤੀ ਹੈ ਪੰਜਾਬ ਵਿਧਾਨ ਸਭਾ ਨੇ ਜੀ। ਇਸ ਨੇ ਸਰਬਸੰਮਤੀ ਦੇ ਨਾਲ ਇਹ ਫੈਸਲਾ ਕੀਤਾ ਕਿ ਅਸੀਂ ਮਤਾ ਪਾਸ ਕਰਕੇ ਕੇਂਦਰੀ ਸਰਕਾਰ ਨੂੰ ਲਿਖੀਏ ਜੀ, ਔਰ ਕੇਂਦਰੀ ਸਰਕਾਰ ਜਿਹੜੀ ਹੈ ਬਰਤਾਨੀਆ ਦੀ ਸਰਕਾਰ ਦੇ ਉੱਤੇ ਦਬਾਅ ਪਾਵੇ ਜੀ। ਦਬਾਅ ਕਿਸ ਗੱਲ ਲਈ ਪਾਵੇ? ਇਸ ਗੱਲ ਲਈ ਵੀ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲ੍ਹਿਆਂਵਾਲੇ ਬਾਗ ਦੇ ਵਿੱਚ ਇੱਕ ਬਹੁਤ ਵੱਡਾ ਕਾਰਾ ਜਿਹੜਾ ਹੈ ਉਸ ਵੇਲੇ ਦੀ ਅੰਗਰੇਜ਼ ਸਰਕਾਰ ਨੇ ਕੀਤਾ ਸੀ ਜੀ। ਸ਼ਾਂਤਮਈ ਲੋਕ ਬੈਠੇ ਸਨ, ਸ਼ਾਂਤਮਈ ਇੱਕ ਜਲਸਾ ਕਰ ਰਹੇ ਸਨ, ਹਿੰਦੂ ਸਨ, ਮੁਸਲਮਾਨ ਸਨ, ਈਸਾਈ ਸਨ, ਵੱਖੋ ਵੱਖਰੀਆਂ ਜਾਤਾਂ ਧਰਮਾਂ ਦੇ ਲੋਕ ਉੱਥੇ ਬੈਠੇ ਆਜ਼ਾਦੀ ਲੈਣ ਦੀਆਂ ਗੱਲਾਂ ਕਰ ਰਹੇ ਸਨ ਜੀ, ਆਪਣੇ ਦੇਸ਼ ਦੇ ਵਿੱਚ ਭਰਾਤਰੀ ਭਾਵ ਬਣਾਈ ਰੱਖਣ ਦੀਆਂ ਗੱਲਾਂ ਕਰ ਰਹੇ ਸਨ ਜੀ। ਤੇ ਉਹ ਜਲ੍ਹਿਆਂਵਾਲਾ ਬਾਗ ਜਿਹੜਾ ਅੰਮ੍ਰਿਤਸਰ ਦੇ ਲਗਭਗ ਸੈਂਟਰ ਦੇ ਵਿੱਚ ਹੈ, ਉਸ ਨੂੰ ਇੱਕੋ ਰਸਤਾ ਉਸ ਬਾਗ ਨੂੰ ਜਾਇਆ ਕਰਦਾ ਸੀ ਜੀ। ਆਲੇ ਦੁਆਲੇ ਇਮਾਰਤਾਂ ਸਨ, ਤੋ ਉਸ ਵੇਲੇ ਜਨਰਲ ਅਡਵਾਇਰ ਨੇ ਇੱਕ ਖਾਸ ਨੀਤੀ ਤੈਅ ਕਰਕੇ ਕਿ ਮੈਂ ਇਹਨਾਂ ਲੋਕਾਂ ਨੂੰ ਇੱਕ ਸਬਕ ਸਿਖਾਉਣਾ ਹੈ, ਹਿੰਦੁਸਤਾਨ ਦੇ ਉਹਨਾਂ ਲੋਕਾਂ ਨੂੰ ਜਿਹੜੇ ਲਿਖ ਪ੍ਰਤੀ ਆਜ਼ਾਦੀ ਦੀ ਗੱਲ ਕਰੀ ਜਾਂਦੇ ਨੇ, ਅੰਗਰੇਜ਼ਾਂ ਨੂੰ ਇੱਥੋਂ ਭਜਾਉਣ ਦੀ ਗੱਲ ਕਰੀ ਜਾਂਦੇ ਨੇ, ਤੇ ਚਾਹੁੰਦੇ ਨੇ ਕਿ ਅਸੀਂ ਖੁਦ ਮੁਖਤਿਆਰ ਹੋ ਜਾਈਏ, ਤੇ ਨਾਲ ਦੀ ਨਾਲ ਇਸ ਗੱਲ ਬਾਰੇ ਵੀ ਉਹ ਚਾਹੁੰਦੇ ਨੇ ਕਿ ਸਾਡੇ ਆਪਣੇ ਵਿਅਕਤੀ ਹੀ ਸਾਡੇ ਉੱਤੇ ਰਾਜ ਕਰਨ, ਸਾਡੇ ਵਿੱਚੋਂ ਜਿਹੜੇ ਹੋਣ। ਬਿਲਕੁਲ। ਤੋ ਇਹ ਗੱਲ ਜਿਹੜੀ ਅੰਗਰੇਜ਼ ਸਰਕਾਰ ਨੂੰ ਗਵਾਰਾ ਨਹੀਂ ਸੀ, ਖਾਸ ਤੌਰ ਤੇ ਉਹਨਾਂ ਅਫਸਰਾਂ ਨੂੰ, ਉਹਨਾਂ ਜ਼ਾਲਮ ਅਫਸਰਾਂ ਨੂੰ ਜਿਹੜੇ ਬੜੇ ਆਰਾਮ ਦੀ ਜ਼ਿੰਦਗੀ ਇੱਥੇ ਬਤੀਤ ਕਰਦੇ ਸਨ, ਜਿਹੜੇ ਹਿੰਦੁਸਤਾਨੀਆਂ ਨੂੰ ਗੁਲਾਮਾਂ ਵਾਂਗ ਰੱਖਦੇ ਸਨ, ਜਿਹੜੇ ਆਪਣੇ ਦੇਸ਼ ਦੇ ਵਿੱਚ ਵੱਡਾ ਵਪਾਰ ਕਰਨ ਲਈ ਇੱਥੋਂ ਰਾ ਮਟੀਰੀਅਲ ਲਿਜਾ ਕੇ ਉੱਥੇ ਤਿਆਰ ਕਰਕੇ ਮੁੜ ਉਹਨਾਂ ਚੀਜ਼ਾਂ ਨੂੰ ਹਿੰਦੁਸਤਾਨ ਤੇ ਹੋਰ ਆਪਣੇ ਦੇਸ਼ਾਂ ਦੀਆਂ ਮੰਡੀਆਂ ਦੇ ਵਿੱਚ ਵੇਚਣ ਲਈ ਤਿਆਰ ਕਰਿਆ ਕਰਦੇ ਸਨ, ਤੇ ਉਸ ਦਾ ਮੁਨਾਫਾ ਜਿਹੜਾ ਹੈ ਉਹ ਉਸ ਅੰਗਰੇਜ਼ ਸਰਕਾਰ ਨੂੰ ਹੋਇਆ ਕਰਦਾ ਸੀ। ਕਿਹਾ ਜਾਂਦਾ ਸੀ ਵੀ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ। ਉਸਦਾ ਕਾਰਨ ਵੀ ਇਹੋ ਸੀ ਕਿ ਇੱਥੇ ਅੰਗਰੇਜ਼ ਸਰਕਾਰ ਤੇ ਉਸਦੇ ਅਫਸਰਾਂ ਦਾ, ਉਸਦੀ ਮਿਲਟਰੀ ਦਾ ਇੰਨਾ ਦਬਦਬਾ ਸੀ ਕਿ ਕੋਈ ਵੀ ਵਿਅਕਤੀ ਉਹਨਾਂ ਦੇ ਫੈਸਲਿਆਂ ਦੇ ਉਲਟ ਜਾਣ ਦੀ ਗੱਲ ਨਹੀਂ ਸੀ ਕਰਦਾ। ਪਰ ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ ਤੇ ਇਸ ਕਿਸਮ ਦੇ ਜਿਹੜੇ ਹੋਰ ਦੇਸ਼ ਦੇ ਨੇਤਾ ਸਨ, ਉਹ ਲਗਾਤਾਰ ਕੋਈ ਨਾ ਕੋਈ ਮੂਵਮੈਂਟ ਜਿਹੜੀ ਹੈ, ਕਦੇ ਸਵਰਾਜ ਦੀ ਮੂਵਮੈਂਟ, ਕਦੇ ਹੋਰ ਜਿਹੜੀਆਂ ਮਸਲਿਆਂ ਨੂੰ ਲੈ ਕੇ ਨਿਤ ਪ੍ਰਤੀ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਅੰਗਰੇਜ਼ ਦੇ ਸਰਕਾਰ ਦੇ ਖਿਲਾਫ਼ ਕਰਿਆ ਕਰਦੇ ਸਨ। ਤੋ ਇਸੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਜਿਹੜੇ ਉਹ ਮਹਾਨ ਸੂਰਬੀਰ ਯੋਧੇ, ਜਿਹਨਾਂ ਦੇ ਮਨਾਂ ਦੇ ਵਿੱਚ ਆਜ਼ਾਦੀ ਦੀ ਚੰਗਿਆੜੀ ਮੰਗਦੀ ਸੀ, ਉਹਨਾਂ ਨੇ ਵਿਸਾਖੀ ਵਾਲੇ ਦਿਨ ਇੱਕ ਜਲਸਾ ਕਰਨ ਦਾ ਜਦੋਂ ਫੈਸਲਾ ਕਰ ਲਿਆ, ਉਸ ਵੇਲੇ ਜਨਰਲ ਡਾਇਰ ਨੇ ਇੱਥੇ ਆ ਕੇ ਉਹਨਾਂ ਦੇ ਉੱਤੇ ਅੰਨੇ ਵਾਹ ਗੋਲੀਆਂ ਚਲਾਈਆਂ।
ਇੰਨੇ ਲੋਕ ਸ਼ਹੀਦ ਹੋ ਗਏ, ਮਾਰੇ ਗਏ, ਉਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ, ਰਾਤਾਂ ਰਾਤ ਪੈ ਗਈ, ਘਰਾਂ ਦੇ ਵਿੱਚ ਮਾਤਮ ਛਾ ਗਿਆ, ਔਰ ਉਸ ਥਾਂ ਤੋਂ ਜਿੱਥੇ ਇਹ ਸਾਰਾ ਕਾਰਾ ਵਾਪਰਿਆ, ਉਸ ਥਾਂ ਤੋਂ ਹਰ ਵੇਲੇ ਉਸ ਸਮੇਂ ਚੀਕਾਂ ਪੁਕਾਰਾਂ ਸੁਣਾਈ ਦੇ ਰਹੀਆਂ ਸਨ, ਪਰ ਉਹਨਾਂ ਨੂੰ ਪਾਣੀ ਪਿਆਉਣ ਵਾਲਾ ਕੋਈ ਨਹੀਂ ਸੀ, ਉਹਨਾਂ ਦੀ ਥਾਂ ਲੈਣ ਵਾਲਾ ਕੋਈ ਨਹੀਂ ਸੀ, ਦਵਾਈ ਦੇਣ ਦੀ ਗੱਲ ਤਾਂ ਬਹੁਤ ਔਖੀ ਸੀ। ਪਰ ਫਿਰ ਵੀ ਉਸ ਸ਼ਹਿਰ ਦੇ ਕੁਝ ਚੁਣੇ ਹੋਏ ਲੋਕਾਂ ਨੇ ਫੈਸਲਾ ਕਰਕੇ ਉਹਨਾਂ ਨੂੰ, ਜਿਹਨਾਂ ਨੂੰ ਵੀ ਬਚਾਇਆ ਜਾ ਸਕਦਾ ਸੀ, ਬਚਾਇਆ। ਔਰ ਇਸ ਦਰਦਨਾਕ ਕਾਰੇ ਦੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਵੱਡੀ ਨਿੰਦਾ ਹੋਈ, ਭਾਵੇਂ ਉਸ ਵੇਲੇ ਸਾਧਨ ਇਹੋ ਜਿਹੇ ਨਹੀਂ ਸਨ ਕਿ ਇਹੋ ਜਿਹੇ ਕਾਰਿਆਂ ਨੂੰ ਲੋਕਾਂ ਦੇ ਸਾਹਮਣੇ ਮਿੰਟਾਂ ਸਕਿੰਟਾਂ ਵਿੱਚ ਪੇਸ਼ ਕੀਤਾ ਜਾਂਦਾ, ਪਰ ਉਸ ਵੇਲੇ ਦੀਆਂ ਅਖਬਾਰਾਂ ਨੇ, ਜਿਹਨਾਂ ਵਿੱਚ ਟ੍ਰਿਬਿਊਨ ਨਾਂ ਦੀ ਅਖਬਾਰ ਵੀ ਸੀ, ਉਸ ਨੇ ਬਹੁਤ ਵੱਡੀਆਂ ਰਿਪੋਰਟਾਂ ਇਹਨਾਂ ਇਹਨਾਂ ਮਾਮਲਿਆਂ ਦੇ ਉੱਤੇ ਸ਼ਾਇਆ ਕੀਤੀਆਂ, ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਅੰਗਰੇਜ਼ ਸਰਕਾਰ ਦੀ ਬਹੁਤ ਹੋਏ ਹੋਏ ਹੋਈ। ਸੋ ਲਗਾਤਾਰ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੀ ਸਰਕਾਰ ਜਿਹੜੀ ਹੈ ਜਾਂ ਪੰਜਾਬ ਦੇ ਲੋਕ ਜਿਹੜੇ ਨੇ, ਉਹ ਅੰਗਰੇਜ਼ ਸਰਕਾਰ ਤੋਂ, ਜਿਹੜੀ ਹੋਣ ਵਾਲੀ ਅੰਗਰੇਜ਼ ਸਰਕਾਰ ਹੈ, ਉਸ ਤੋਂ ਮੰਗ ਕਰਦੇ ਰਹੇ ਨੇ ਕਿ ਭਾਈ 13 ਅਪ੍ਰੈਲ 1919 ਨੂੰ ਜੋ ਅੰਗਰੇਜ਼ੀ ਹਕੂਮਤ ਨੇ ਕਾਰਾ ਕੀਤਾ, ਬੇਗਨਾਹੇ ਲੋਕਾਂ ਨੂੰ ਮਾਰਿਆ, ਉਹਨਾਂ ਦੇ ਮਾਮਲੇ ਤੇ ਮੁਆਫੀ ਮੰਗੋ। ਪਰ ਹਾਲੇ ਤੱਕ ਵੀ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ। 13 ਅਪ੍ਰੈਲ 1919 ਤੋਂ ਬਾਅਦ ਹੁਣ 13 ਅਪ੍ਰੈਲ 2019 ਜਿਹੜਾ ਹੈ ਉਹ ਚੜਿਆ ਹੋਇਆ, 100 ਸਾਲ ਬੀਤ ਗਏ ਨੇ। ਸੰਭਾਵਨਾ ਇਸ ਗੱਲ ਦੀ ਆ ਕਿ ਬਰਤਾਨੀਆ ਸਰਕਾਰ ਹੁਣ ਇਸ ਮਸਲੇ ਤੇ ਸ਼ਾਇਦ ਮੁਆਫੀ ਮੰਗ ਲਵੇ। ਕਾਰਨ ਉਸਦਾ ਇਹ ਹੈ ਕਿ ਬਰਤਾਨੀਆ ਦੇ ਵਿਚਲੇ ਪਾਰਲੀਮੈਂਟ ਦੇ ਮੈਂਬਰ ਜਿਹੜੇ ਨੇ ਬਹੁ ਗਿਣਤੀ, ਜਿਹਨਾਂ ਵਿੱਚ ਲੇਬਰ ਪਾਰਟੀ ਦੇ ਬਹੁਤੇ ਮੈਂਬਰ ਨੇ, ਜਿਹਨਾਂ ਵਿੱਚੋਂ ਵਰਿੰਦਰ ਸ਼ਰਮਾ ਨਾਂ ਦੇ ਇੱਕ MP ਪੰਜਾਬ ਦੇ ਨਾਲ ਵੀ ਉਹਨਾਂ ਦਾ ਸੰਬੰਧ ਹੈ, ਉਹਨਾਂ ਨੇ ਇੱਕ ਮੁਹਿੰਮ ਵਜੋਂ ਇਸ ਗੱਲ ਨੂੰ ਲਿਆ ਹੋਇਆ, ਔਰ ਅੰਗਰੇਜ਼ ਸਰਕਾਰ ਤੋਂ ਇਸ ਗੱਲ ਦੀ ਮੰਗ ਕਰ ਰਹੇ ਲਗਾਤਾਰ ਉਹ, ਕਿ ਜਿਹੜੀ ਅੰਗਰੇਜ਼ ਸਰਕਾਰ ਹੈ ਉਹ ਹੁਣ ਹੀ ਮਾਫ਼ੀ ਮੰਗ ਲੈ ਕਿ ਉਹਨਾਂ ਨੇ ਇਹ ਬਹੁਤ ਵੱਡਾ ਕਾਰਾ ਕੀਤਾ ਸੀ। ਤੁਹਾਨੂੰ ਯਾਦ ਹੋਏਗਾ ਕਿ ਜਿਸ ਵਿਅਕਤੀ ਦਾ ਨਾਂ ਉਡਵਾਇਰ ਡਾਇਰ ਦੇ ਤੌਰ ਤੇ ਆਉਂਦਾ ਹੈ, ਉਸਨੂੰ ਸ਼ਹੀਦ ਊਧਮ ਸਿੰਘ ਨੇ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਗੋਲੀਆਂ ਦੇ ਨਾਲ ਉਡਾ ਦਿੱਤਾ ਸੀ, ਕਿ ਆਪ ਉਸਨੇ ਫਾਂਸੀ ਦਾ ਰੱਸਾ ਜਿਹੜਾ ਹੈ ਉਹ ਲੰਡਨ ਦੇ ਵਿੱਚ ਚੁੰਮਿਆ ਸੀ। ਇਹ ਸਾਡੇ ਬਹਾਦਰ ਯੋਧਿਆਂ ਦੀ ਬਹੁਤ ਵੱਡੀ ਆਜ਼ਾਦੀ ਨੂੰ ਦੇਣ ਹੈ, ਬਹੁਤ ਵੱਡੀ ਕੁਰਬਾਨੀ ਹੈ, ਜਿਹੜੇ ਆਪਣੇ ਸੂਰਵੀਰਾਂ ਦੀਆਂ, ਆਪਣੇ ਉਹਨਾਂ ਯੋਧਿਆਂ ਦੀਆਂ, ਆਪਣੇ ਉਹਨਾਂ ਦੀਆਂ ਸ਼ਹੀਦਾਂ ਦੀਆਂ, ਸ਼ਹੀਦੀਆਂ ਨੂੰ ਯਾਦ ਕਰਦੇ ਹਾਂ, ਆਪ ਵੀ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ। ਦੇਖੋ ਪਿਛਲੇ ਦਿਨੀ ਟੋਰੋਂਟੋ ਜਿਹੜੇ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਇੱਕ ਉਸ ਮਾਮਲੇ ਦੇ ਉੱਤੇ ਜਿਹੜਾ ਕਿ ਗਾਟਾ ਮਾਰੂ ਨਾਂ ਦੇ ਕਾਂਡ ਦੇ ਨਾਲ ਗਿਣਿਆ ਜਾਂਦਾ, ਉਸ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਜਿਹਨਾਂ ਨੂੰ ਸ਼ਹੀਦੀ ਪ੍ਰਾਪਤ ਕਰਨੀ ਪਈ ਸੀ, ਬਹੁਤ ਸਾਰਾ ਉਹਨਾਂ ਦਾ ਨੁਕਸਾਨ ਹੋਇਆ ਸੀ, ਉਸ ਮਾਮਲੇ ਦੇ ਉੱਤੇ ਉਹਨਾਂ ਨੇ ਉੱਥੇ ਆਪਣੀ ਪਾਰਲੀਮੈਂਟ ਦੇ ਵਿੱਚ ਮੁਆਫੀ ਮੰਗੀ। ਕਾਮਾਗਾਟਾ ਮਾਰੂ ਅਸਲ ਮਹਿਨਿਆਂ ਦੇ ਵਿੱਚ ਇੱਕ ਵੱਡਾ ਜਹਾਜ਼ ਸੀ, ਭਾਈ ਗੁਰਦਿੱਤ ਸਿੰਘ ਨਾਂ ਦੇ ਜਿਹੜੇ ਕੈਨੇਡਾ ਵਿੱਚ ਰਹਿਣ ਵਾਲੇ ਯੋਧਾ ਫਰੀਡਮ ਫਾਈਟਰ ਸੀ, ਉਸਨੇ ਆਪਣੇ ਕੁਝ ਇੱਕ ਸਾਥੀਆਂ ਨੂੰ ਨਾਲ ਲੈ ਕੇ, ਜਿਹਨਾਂ ਵਿੱਚ ਸੂਣ ਸਿੰਘ ਪਖਨਾ ਤੇ ਹੋਰ ਵੀ ਲੋਕ ਸਨ ਜਿਹਨਾਂ ਨੂੰ ਬਾਬਿਆਂ ਦੇ ਨਾਂ ਨਾਲ ਯਾਦ ਕੀਤਾ ਜਾਂਦਾ, ਉਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਉਹ ਜਹਾਜ਼ ਆਪਣੇ ਕਲਕੱਤਾ ਵੱਲ ਨੂੰ ਤੋੜ ਲਿਆ। ਉਸ ਕਲਕੱਤਾ ਵੱਲ ਨੂੰ ਆਉਂਦੇ ਜਹਾਜ਼ ਦੇ ਉੱਤੇ ਦਮਦਮਾ ਘਾਟ ਜਿਹੜੀ ਹੈ ਕਲਕੱਤੇ ਦੇ ਲਾਗੇ ਬੰਦਰਗਾਹ ਪੈਂਦੀ ਹੈ, ਉੱਥੇ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਤੇ ਬਹੁਤ ਸਾਰੇ ਲੋਕ ਜਿਹੜੇ ਮਾਰੇ ਗਏ। ਇਸ ਮਾਮਲੇ ਦੇ ਉੱਤੇ ਕੈਨੇਡਾ ਸਰਕਾਰ ਨੇ ਇਸ ਕਰਕੇ ਮਾਫ਼ੀ ਮੰਗੀ ਕਿ ਉਹਨਾਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਕਿ ਅਸਲ ਮਹਿਨਿਆਂ ਦੇ ਵਿੱਚ ਆਜ਼ਾਦੀ ਦੀ ਜੰਗ ਲੜਨ ਲਈ ਜਾ ਰਹੇ ਸਨ, ਉਹਨਾਂ ਦੇ ਨਾਲ ਬੜਾ ਦੁਰਵਿਵਹਾਰ ਕੀਤਾ ਸੀ, ਉਹਨਾਂ ਨੂੰ ਖਾਣਾ ਉੱਥੋਂ ਲੈਣ ਨਹੀਂ ਸੀ ਦਿੱਤਾ, ਵੱਖੋ ਵੱਖਰੇ ਥਾਵਾਂ ਤੇ ਜਿਹੜੀਆਂ ਜਿਹੜੀਆਂ ਬੰਦਰਗਾਹਾਂ ਤੇ ਉਹ ਪਹੁੰਚੇ ਸਨ, ਉਹਨਾਂ ਦੇ ਨਾਲ ਉੱਥੇ ਬਦਸਲੂਕੀ ਕੀਤੀ ਗਈ, ਤੇ ਅਖੀਰ ਦੇ ਵਿੱਚ ਜਿਸ ਵੇਲੇ ਅੰਗਰੇਜ਼ ਸਰਕਾਰ ਦੇ ਨਾਲ ਰਲ ਕੇ ਉਸ ਜਹਾਜ਼ ਨੂੰ, ਕਾਮਾਗਾਟਾ ਮਾਰੂ ਨੂੰ
ਕਲਕੱਤਾ ਦੇ ਲਾਗੇ ਦਮਦਮੀ ਘਾਟ ਦੇ ਉੱਤੇ ਘੇਰ ਲਿਆ ਗਿਆ ਤੇ ਉੱਥੇ ਗੋਲੀਆਂ ਚਲਾਈਆਂ ਗਈਆਂ। ਉਸ ਮਾਮਲੇ ਦੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਕੈਨੇਡਾ ਦੀ ਸਰਕਾਰ ਨੇ ਲਈ। ਸੋ ਇਹ ਬੜੀ ਅੱਛੀ ਗੱਲ ਹੈ ਕਿ ਘਟਨਾਵਾਂ ਨੂੰ ਅਸੀਂ ਮੋੜ ਨਹੀਂ ਸਕਦੇ, ਘਟਨਾਵਾਂ ਤਾਂ ਇਤਿਹਾਸ ਦੇ ਵਿੱਚ ਇੱਕ ਚਿੰਨ ਵਜੋਂ ਖੜੀਆਂ ਹੋ ਜਾਂਦੀਆਂ ਨੇ। ਪੁਲਵਾਮਾ ਦੀ ਘਟਨਾ ਵਾਪਰੀ ਹੈ ਆਪਣੇ ਆਪ ਦੇ ਵਿੱਚ, ਇਤਿਹਾਸ ਦੇ ਵਿੱਚ ਇਹ ਨਾਂ ਇੱਕ ਇੱਕ ਇਹੋ ਜਿਹੀ ਯਾਦ ਦੇ ਤੌਰ ਤੇ ਹਿੰਦੁਸਤਾਨੀਆਂ ਦੇ ਦਿਮਾਗ ਦੇ ਵਿੱਚ ਕਰ ਕਰਕੇ ਬੈਠ ਗਿਆ ਕਿ ਦਹਿਸ਼ਤਗਰਦ ਜਿਹੜੇ ਨੇ ਉਹ ਕਿਸੇ ਦੇ ਸਕੇ ਨਹੀਂ ਹੁੰਦੇ, ਕਿਸੇ ਵੇਲੇ ਵੀ ਕਿਸੇ ਨਾਲ ਉਹ ਕੋਈ ਕਾਰਵਾਈ ਕਰ ਸਕਦੇ ਨੇ। ਸੋ ਇਸੇ ਕਿਸਮ ਦੀਆਂ ਘਟਨਾਵਾਂ ਜਦੋਂ ਵੀ ਕਿਤੇ ਵਾਪਰਦੀਆਂ ਨੇ ਉਹ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਨੇ। ਪਰ ਜਿਹੜੇ ਲੋਕ ਇਸ ਇਹਨਾਂ ਸਾਰੇ ਗੱਲਾਂ ਲਈ ਜ਼ਿੰਮੇਵਾਰ ਹੁੰਦੇ ਨੇ ਤੇ ਬਾਅਦ ਵਿੱਚ ਉਹ ਇਸ ਗਲਤੀ ਦੀ ਮੁਆਫੀ ਮੰਗ ਲੈਂਦੇ ਨੇ, ਉਸ ਹਾਲਤ ਦੇ ਵਿੱਚ ਥੋੜਾ ਜਿਹਾ ਨਸੂਰ ਜਿਹੜਾ ਹੈ ਉਹਨਾਂ ਜ਼ਖਮਾਂ ਦੇ ਉੱਤੇ ਲੱਗ ਜਾਂਦਾ ਜਿਨ੍ਹਾਂ ਦੇ ਨਾਲ ਇਹ ਗੱਲਾਂ ਹੋਈਆਂ ਬੀਤੀਆਂ ਹੁੰਦੀਆਂ ਨੇ। ਹੁਣ 40 ਲੋਕ ਤਾਂ ਮਾਰੇ ਗਏ, ਉਹਨਾਂ ਨੂੰ ਸਹਾਇਤਾ ਦੇਣ ਲਈ ਸਰਕਾਰਾਂ ਵੀ ਤੁਰਨਗੀਆਂ, ਪਰ ਉਹਨਾਂ ਦੀਆਂ ਜ਼ਿੰਦਗੀਆਂ ਵਾਪਸ ਨਹੀਂ ਲਿਆਂਦੀਆਂ ਜਾ ਸਕਦੀਆਂ। ਪਰ ਜੇ ਲਗਾਤਾਰ ਉਹਨਾਂ ਨਾਲ ਉਹ ਲੋਕ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਹ ਮੁੜ ਕੇ ਮੁਆਫ਼ੀ ਮੰਗ ਲੈਣ, ਥੋੜਾ ਜਿਹਾ ਮਨਾਂ ਦੇ ਵਿੱਚ ਉਹਨਾਂ ਮਿੱਤਰ ਪਿਆਰਿਆਂ ਦੀ ਸ਼ਾਂਤੀ ਦੀ ਪਾਤ ਆਏਗਾ। ਬਿਲਕੁਲ ਇਸੇ ਤਰ੍ਹਾਂ ਸਾਡੀ ਸਰਕਾਰ ਇਸ ਗੱਲ ਦੀ ਸ਼ਲਾਘਾ ਦੀ ਪਾਤਰ ਹੈ, ਅਮਰਿੰਦਰ ਸਿੰਘ ਦੀ ਸਰਕਾਰ, ਜਿਹੜੀ ਲਗਾਤਾਰ ਕੁਝ ਇੱਕ ਮਸਲਿਆਂ ਨੂੰ ਆਪਣੇ ਤੌਰ ਤੇ ਨਿਬੇੜਨ ਦੀ ਬਜਾਏ ਵਿਧਾਨ ਸਭਾ ਜਿਹੜੀ ਕਿ ਕਾਨੂੰਨੀ ਕਾਨੂੰਨੀ ਸਭਾ ਹੈ ਉਸ ਦੇ ਵਿੱਚ ਉਹ ਸਰਬਸੰਮਤੀ ਦੇ ਨਾਲ ਫੈਸਲੇ ਲੈਂਦੀ ਹੈ ਤੇ ਉਹਨਾਂ ਲੋਕਾਂ ਦੇ ਅੱਗੇ ਉਹ ਗੱਲ ਰੱਖਦੀ ਹੈ ਕਿ ਇਸ ਮਸਲੇ ਦਾ ਸਹੀ ਹੱਲ ਕਰਨ ਦਾ ਯਤਨ ਕੀਤਾ ਜਾਏ। ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਬਾਰੇ ਦੇ ਵਿੱਚ ਵੀ ਇਹ ਵਿਧਾਨ ਸਭਾ ਨੇ ਮਤਾ ਪਾਸ ਕੀਤਾ, ਬੜਾ ਅੱਛਾ ਕੰਮ ਸੀ ਇਹ। ਤੇ ਹੁਣ ਦੂਸਰਾ ਮਤਾ ਜਿਹੜਾ ਹੈ ਇਸ ਵਿਧਾਨ ਸਭਾ ਦੇ ਵਿੱਚ, ਜਿਸ ਵਿਧਾਨ ਸਭਾ ਦੇ ਵਿੱਚ ਨਿੱਤ ਜੁੱਤੀ ਖੜਕਦੀ ਆ, ਜਿਸ ਵਿਧਾਨ ਸਭਾ ਦੇ ਵਿੱਚ ਰੌਲਾ ਗੋਲਾ ਪੈਂਦਾ, ਜਿਸ ਵਿਧਾਨ ਸਭਾ ਦੇ ਵਿੱਚ ਬਾਹਾਂ ਵੀ ਉੱਪਰ ਨੂੰ ਟੁੰਗੀਆਂ ਜਾਂਦੀਆਂ, ਜਿਸ ਵਿਧਾਨ ਸਭਾ ਦੇ ਵਿੱਚ ਸ਼ਾਂਤੀ ਦੇ ਥਾਂ ਤੇ ਵੱਡੇ ਵੱਡੇ ਨਾਅਰੇ ਲਾਏ ਜਾਂਦੇ ਨੇ, ਮੈਂ ਸਮਝਦਾ ਉਸ ਵਿਧਾਨ ਸਭਾ ਵਿੱਚ ਕੁਝ ਸਿਆਣੇ ਲੋਕ ਵੀ ਹੈਗੇ ਨੇ ਜਿਹੜੇ ਪੰਜਾਬ ਦੇ ਮਸਲਿਆਂ ਬਾਰੇ ਆਪਣੇ ਮਨਾਂ ਦੇ ਵਿੱਚ ਦਰਦ ਰੱਖਦੇ ਨੇ, ਜਿਹੜੇ ਪੰਜਾਬ ਦੇ ਸਮੱਸਿਆਵਾਂ ਨੂੰ ਵੀ ਸੁਣਨਾ ਚਾਹੁੰਦੇ ਨੇ ਔਰ ਉਹਨਾਂ ਦਾ ਹੱਲ ਕਰਨ ਦੇ ਵੀ ਇੱਛੁਕ ਨੇ, ਜਿਹੜੇ ਪੰਜਾਬ ਦੇ ਵਿੱਚ ਵਾਪਰੀਆਂ ਘਟਨਾਵਾਂ ਪ੍ਰਤੀ ਆਪਣੇ ਮਨ ਦੇ ਵਿੱਚ ਦਰਦ ਰੱਖਦੇ ਨੇ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀ ਘਟਨਾ ਜਿਹੜੀ ਵਾਪਰੀ ਹੈ, ਇੱਕ ਬੜਾ ਵੱਡਾ ਕਾਂਡ ਬਾਅਦ ਵਿੱਚ ਵਾਪਰਿਆ, ਉਸ ਮਸਲੇ ਦੇ ਉੱਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਈ, ਭਾਵੇਂ ਕਿ ਇਸ ਚਰਚਾ ਨੂੰ ਇਸ ਢੰਗ ਦੇ ਨਾਲ ਵੀ ਲਿਆ ਗਿਆ ਕਿ ਇਹ ਸਿਆਸੀ ਰੋਟੀਆਂ ਸੇਕਣ ਦਾ ਇੱਕ ਕਾਰਜ ਹੈ। ਪਰ ਮੈਂ ਇਸ ਨੂੰ ਇਸ ਤੋਂ ਉਲਟ ਗੱਲ ਸਮਝਦਾ ਕਿ ਜਿਸ ਵੇਲੇ ਸਾਡੇ ਸਿਆਣੇ ਲੋਕ 117 ਸਿਆਣੇ ਲੋਕ ਬੈਠਦੇ ਨੇ, ਉਹ ਇਸ ਮਸਲੇ ਦੇ ਬਾਰੇ ਕਿਸੇ ਵੀ ਮਸਲੇ ਬਾਰੇ ਵਿਚਾਰ ਚਰਚਾ ਕਰਦੇ ਨੇ, ਪਾਣੀ ਵਿੱਚ ਮਧਾਣੀ ਨਹੀਂ ਫੇਰਦੇ, ਦੁੱਧ ਦੇ ਵਿੱਚ ਮਧਾਣੀ ਪਾ ਕੇ ਮੱਖਣ ਕੱਢ ਕੇ ਕੋਈ ਚੰਗੀ ਗੱਲ ਕਰਨ ਦੀ ਯਤਨ ਕਰਦੇ ਨੇ, ਤਾਂ ਉਸ ਹਾਲਤ ਦੇ ਵਿੱਚ ਉਹਨਾਂ ਸਿਆਣੇ ਲੋਕਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਬੈਂਸ ਬ੍ਰਦਰਸ ਨੇ ਪਿਛਲੇ ਦਿਨਾਂ ਦੇ ਵਿੱਚ ਬੇਹੁਰਮਤੀ ਦੀਆਂ ਜਿਹੜੀਆਂ ਕੋਟਕਪੂਰਾ ਦੀਆਂ ਘਟਨਾਵਾਂ ਹੋਈਆਂ ਉਹਨਾਂ ਬਾਰੇ ਗੱਲ ਕੀਤੀ, ਬੜੇ ਮਤਲਬ ਜਜ਼ਬਾਤੀ ਢੰਗ ਦੇ ਨਾਲ ਗੱਲ ਕੀਤੀ ਕਿ ਮੁੱਖ ਮੰਤਰੀ ਜਿਹੜੇ ਸਾਡੇ ਮਾਨਯੋਗ ਅਮਰਿੰਦਰ ਸਿੰਘ ਜੀ ਨੇ ਉਹਨਾਂ ਦੀਆਂ ਅੱਖਾਂ ਵਿੱਚ ਵੀ ਉਸ ਘਟਨਾ ਦੇ ਵਰਣਨ ਤੋਂ ਬਾਅਦ ਪਾਣੀ ਆ ਗਿਆ। ਸੋ ਮੇਰਾ ਕਹਿਣ ਦਾ ਭਾਵ ਆ ਵੀ ਜਿਹੜੇ ਲੋਕ ਯੁਰਤ ਨਾਲ ਗੱਲ ਕਰ ਸਕਦੇ ਨੇ, ਜਿਹੜੇ ਲੋਕ ਜਿਹਨਾਂ ਨੂੰ ਜਿਹੜੀ ਡਿਊਟੀ ਦਿੱਤੀ ਜਾਂਦੀ ਆ ਉਹਨੂੰ ਪੂਰੀ ਸ਼ਿੱਦਤ ਦੇ ਨਾਲ ਨਿਭਾਉਂਦੇ ਨੇ, ਸਾਡੇ ਲਈ ਉਸ ਸ਼ਲਾਘਾ ਦੇ ਪਾਤਰ ਨੇ। ਸੋ ਇਸ ਲਈ ਵਿਧਾਨ ਸਭਾ ਅਸਲ ਮਹਿਨਿਆਂ ਦੇ ਵਿੱਚ ਸਾਡੀ ਸ਼ਲਾਘਾ ਦੀ ਪਾਤਰ ਹੈ, ਜਿਸ ਨੇ ਏਡੇ ਵੱਡੇ ਕਾਂਡ ਦੇ ਮਾਮਲੇ ਦੇ ਵਿੱਚ ਮੁੜ ਕੇ ਫਿਰ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੀ ਭੇਟ ਨਹੀਂ ਕੀਤੀ, ਸਗੋਂ ਉਹਨਾਂ ਧਿਰਾਂ ਨੂੰ ਮਾਫ਼ੀ ਮੰਗਣ ਲਈ ਆਖਿਆ ਹੈ ਆਪਣੀ ਵੱਡੀ ਸਰਕਾਰ ਦੇ ਰਾਹੀਂ ਜਿਨ੍ਹਾਂ ਨੇ ਇਹ ਵੱਡਾ ਕਾਰਾ ਕੀਤਾ। ਤੋ ਮੈਂ ਸਮਝਦਾ ਕਿ ਉਹਨਾਂ ਸ਼ਹੀਦਾਂ ਨੂੰ ਅਸਲ ਮਹਿਨਿਆਂ ਦੇ ਵਿੱਚ ਇਹੋ ਸ਼ਰਧਾਂਜਲੀ ਹੈ। ਦੇਖੋ ਉਹ ਪਰਿਵਾਰਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਉਂਦੇ ਨਹੀਂ ਵਸਦੇ ਹੋਣਗੇ, ਉਹਨਾਂ ਵਿੱਚੋਂ ਬਹੁਤ ਸਾਰੀਆਂ ਦੀਆਂ ਔਲਾਦਾਂ ਜਿਹੜੀਆਂ ਉਹ ਇੱਥੇ ਇਸ ਦੁਨੀਆਂ ਤੇ ਨਹੀਂ ਹੋਣਗੀਆਂ, ਪਰ ਉਹ ਲੋਕ ਤਾਂ ਮਾਣ ਕਰਨਗੇ ਨਾ ਜਿਹੜੇ ਉਹਨਾਂ ਦੇ ਵਿੱਚੋਂ ਥੋੜੇ ਬਹੁਤੇ ਉਹਨਾਂ ਦੇ ਰਿਸ਼ਤੇਦਾਰ ਵਾਪਸ ਇੱਥੇ ਹਾਲੇ ਇਸ ਜ਼ਮੀਨ ਤੇ ਹੈਗੇ ਨੇ।
ਉਹ ਲੋਕ ਤਾਂ ਮਾਣ ਕਰਨਗੇ ਨਾ ਕਿ ਸਾਡੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਲੀ ਇਹ ਜਿਹੜੀ ਸਭਾ ਹੈ, ਇਸਨੇ ਬੜਾ ਉਚਿਤ ਫੈਸਲਾ ਲਿਆ ਹੈ। ਸੋ ਭਾਰਤ ਸਰਕਾਰ ਨੂੰ ਵੀ ਚਾਹੀਦਾ ਕਿ ਇਸ ਮਤੇ ਦੇ ਉੱਤੇ ਕਾਰਵਾਈ ਕਰਦਿਆਂ ਉਹਨਾਂ ਲੋਕਾਂ ਨੂੰ ਓਨਰ ਕਰਨ ਜਿਹਨਾਂ ਨੇ ਇਹ ਵੱਡਾ ਕਾਰਜ ਕੀਤਾ ਹੈ, ਔਰ ਬਰਤਾਨੀਆ ਸਰਕਾਰ ਨੂੰ ਆਪਣੇ ਢੰਗਾਂ ਦੇ ਰਾਹੀਂ ਇਹ ਚਿੱਠੀ ਪਹੁੰਚਾਉਣ ਦਾ ਯਤਨ ਹੀ ਨਾ ਕਰਨ, ਸਗੋਂ ਡਿਪਲੋਮੈਟਿਕ ਢੰਗਾਂ ਦੇ ਰਾਹੀਂ ਉਹਨਾਂ ਨੂੰ ਮੁਆਫੀ ਮੰਗਣ ਤੇ ਮਜਬੂਰ ਕਰਨ। ਜੀ, ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਿਸ਼ੇਸ਼ ਕਾਨੂੰਨ ਲਿਆਉਣ ਦਾ ਫੈਸਲਾ ਕੀਤਾ ਤੇ ਅਧਿਆਪਕਾਂ ਤੇ ਬਾਕੀ ਕਰਮਚਾਰੀਆਂ ਦੀਆਂ ਸਾਰੀਆਂ ਜਾਇਜ਼ ਮੰਗਾਂ ਜਲਦੀ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਕੀ ਇਹ ਐਲਾਨ 2019 ਦੀਆਂ ਚੋਣਾਂ ਦੇ ਮੱਦੇਨਜ਼ਰ ਤਾਂ ਨਹੀਂ ਕੀਤਾ ਗਿਆ? ਦੇਖੋ, ਪਹਿਲੀ ਸੱਟੇ ਜਦੋਂ ਖਬਰ ਮੈਂ ਇਹ ਪੜ੍ਹੀ ਤੇ ਮੈਨੂੰ ਇਵੇਂ ਲੱਗਿਆ ਕਿ ਅਮਰਿੰਦਰ ਸਿੰਘ ਦੀ ਸਰਕਾਰ ਤਾਂ ਮੋਦੀ ਦੀ ਸਰਕਾਰ ਮੰਗ ਰਹੀ ਕੁਝ ਇਹੋ ਜਿਹੇ ਐਲਾਨਾਂ ਤੇ ਐਲਾਨ ਕਰੀ ਜਾ ਰਹੀ ਆ ਜਿਹੜੇ ਐਲਾਨ ਸ਼ਾਇਦ ਉਸ ਤੋਂ ਪੂਰੇ ਹੋਣ ਵਾਲੇ ਨਹੀਂ। ਪਰ ਜਦੋਂ ਮੈਂ ਇਸ ਖਬਰ ਨੂੰ ਬਹੁਤ ਸ਼ਿੱਦਤ ਦੇ ਨਾਲ ਦੇਖਿਆ ਤੇ ਮੈਨੂੰ ਇਵੇਂ ਲੱਗਿਆ ਕਿ ਅਸਲ ਵਿੱਚ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਹੋ ਰਿਹਾ, ਮੁਲਾਜ਼ਮਾਂ ਦੇ ਨਾਲ ਜਿਹੜਾ ਮਤਰੇ ਮਾਂ ਵਾਲਾ ਸਲੂਕ ਹੋ ਰਿਹਾ, ਮੁਲਾਜ਼ਮਾਂ ਦੇ ਨਾਲ ਜਿਹੜੀ ਨਿੱਤ ਕੁੱਟ ਕੁਟਾਪਾ ਕੀਤਾ ਜਾ ਰਿਹਾ, ਮੁਲਾਜ਼ਮ ਜਿਹੜੇ ਕਿ ਆਪਣੇ ਮਨੋਂ ਅਸਲ ਵਿੱਚ ਦੁਖੀ ਨੇ, ਆਪਣਾ ਦੁੱਖ ਦਾ ਪ੍ਰਗਟਾਵਾ ਉਹ ਸੜਕਾਂ ਤੇ ਵੀ ਕਰਦੇ ਨੇ, ਉਹ ਵੱਖੋ ਵੱਖਰੀਆਂ ਥਾਵਾਂ ਤੇ ਜਾ ਕੇ ਬਰਲਾਪ ਵੀ ਕਰਦੇ ਨੇ, ਉਹ ਮੰਤਰੀਆਂ ਦੀਆਂ ਕੋਠੀਆਂ ਵੀ ਘੇਰਦੇ ਨੇ, ਉੱਥੇ ਥਾਂ ਪਰ ਥਾਂ ਜਾ ਕੇ ਉਹ ਆਪਣੀ ਪੜਾਸ ਜਿਹੜੀ ਆ ਸਰਕਾਰ ਦੇ ਖਿਲਾਫ਼ ਕਰਦੇ ਨੇ। ਤੋ ਇਹੋ ਸਾਰੀਆਂ ਗੱਲਾਂ ਨੂੰ ਵਾਚਦਿਆਂ ਮੈਨੂੰ ਇਵੇਂ ਲੱਗਿਆ ਕਿ ਸ਼ਾਇਦ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹਨਾਂ ਲੋਕਾਂ ਦੇ ਸਾਰ ਲੈਣ ਦਾ ਹੁਣ ਫੈਸਲਾ ਕਰ ਲਿਆ। ਇੱਕ ਫੈਸਲਾ ਅਕਾਲੀ ਭਾਜਪਾ ਸਰਕਾਰ ਨੇ ਕੀਤਾ ਸੀ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਤਾ ਜਾਏਗਾ, ਲਗਭਗ 29-30 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਗਈ ਸੀ। ਉਹਨਾਂ ਨੇ ਉਹ ਫੈਸਲਾ ਜਿਹੜਾ ਕਾਨੂੰਨ ਬਣਾ ਕੇ ਕੀਤਾ ਸੀ, ਉਸ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੈਲੰਜ ਕਰ ਦਿੱਤਾ ਗਿਆ। ਹਾਈ ਕੋਰਟ ਨੇ ਉਸ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਤਰੁੱਟੀਆਂ ਸਨ ਇਸ ਕਿਸਮ ਦੀਆਂ, ਵੀ ਬਹੁਤ ਸਾਰੀਆਂ ਬੰਦਿਸ਼ਾਂ ਲਾ ਕੇ ਉਹਨਾਂ ਮੁਲਾਜ਼ਮਾਂ ਨੂੰ ਕੱਚਿਆਂ ਤੋਂ ਪੱਕੇ ਕਰਨ ਦੀ ਗੱਲ ਕੀਤੀ ਗਈ ਸੀ, ਉਹਨਾਂ ਦੀਆਂ ਤਨਖਾਹਾਂ ਜਿਹੜੀਆਂ ਉਹਨਾਂ ਦੇ ਮਾਮਲੇ ਦੇ ਉੱਤੇ ਵੀ ਕੁਝ ਇਹੋ ਜਿਹੇ ਨੁਕਤੇ ਸਨ ਜਿਹੜੇ ਕਾਨੂੰਨ ਦੇ ਪੱਖ ਤੋਂ ਜਿਹਨਾਂ ਦੇ ਵਿੱਚ ਬਹੁਤ ਸਾਰੀਆਂ ਮੋਰੀਆਂ ਤੇ ਛੇਕ ਸਨ। ਇਸ ਸਮੇਂ ਦੇ ਦੌਰਾਨ ਕਾਂਗਰਸ ਦੀ ਸਰਕਾਰ ਨੂੰ ਬਹੁਤ ਸਾਰੀਆਂ ਰਿਟਾਂ ਵੀ ਜਿਹੜੀਆਂ ਹਾਈ ਕੋਰਟ ਦੇ ਵਿੱਚ ਸਹਿਣੀਆਂ ਪਈਆਂ ਤੇ ਉਹਨਾਂ ਦੇ ਜਵਾਬ ਵੀ ਦੇਣੇ ਪਏ। ਇਸ ਦੇ ਉਲਟ ਦੂਜੇ ਪਾਸੇ ਕੀ ਹੋਇਆ, ਮੁਲਾਜ਼ਮ ਜਿਹੜੇ ਲਗਾਤਾਰ ਆਪਣੇ ਮਨ ਦੇ ਵਿੱਚ ਇਹ ਗੱਲ ਕਰ ਕਰਕੇ ਬੈਠੇ ਸਨ ਕਿ ਸਾਨੂੰ ਤਾਂ ਅਕਾਲੀ ਤੇ ਭਾਜਪਾ ਸਰਕਾਰ ਜਿਹੜੀ ਹੈ ਉਹ ਰੈਗੂਲਰ ਕਰ ਗਈ ਹੈ ਔਰ ਕਾਂਗਰਸ ਦੀ ਸਰਕਾਰ ਰੈਗੂਲਰ ਨਹੀਂ ਕਰ ਰਹੀ, ਉਹਨਾਂ ਦੇ ਮਨ ਵਿੱਚ ਬਹੁਤ ਸਾਰੇ ਖਦਸ਼ੇ ਇਸ ਕਿਸਮ ਦੇ ਉੱਠ ਰਹੇ ਸਨ। ਪਰ ਸੂਬੇ ਦੀ ਸਰਕਾਰ ਆਪਣੇ ਥਾਂ ਤੇ ਆਪਣੇ ਹੱਥ ਬੰਨੇ ਹੋਏ ਮਹਿਸੂਸ ਕਰਦੀ ਸੀ। ਸੋ ਇਸੇ ਕਰਕੇ ਹੋਣ ਵਾਲੀ ਸਰਕਾਰ ਨੇ ਇਹ ਫੈਸਲਾ ਕੀਤਾ, ਭਾਵੇਂ ਕਿ 2019 ਦੇ ਨਾਲ ਜੁੜਿਆ ਫੈਸਲਾ ਗਿਣਿਆ ਜਾ ਸਕਦਾ, ਉਹਨਾਂ ਮੁਲਾਜ਼ਮਾਂ ਨੂੰ ਖੁਸ਼ ਕਰਨ ਦੀ ਗੱਲ ਵੀ ਕਹੀ ਹੋ ਸਕਦੀ ਆ, ਪਰ ਇਹਦੇ ਨਾਲ ਉਹਨਾਂ ਮੁਲਾਜ਼ਮਾਂ ਦੇ ਮਸਲੇ ਜਿਹੜੇ ਆ ਉਹ ਹੱਲ ਹੋਣ ਦੀ ਸੰਭਾਵਨਾ ਜਿਹੜੀ ਆ ਬਣਦੀ ਜਾ ਰਹੀ ਹੈ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ, ਬਰਾਬਰ ਉਜਰਤ ਤੇ ਬਰਾਬਰ ਤਨਖਾਹ ਦੇਣ ਦੀ ਗੱਲ, ਬਰਾਬਰ ਸਮਾਂ ਤੇ ਬਰਾਬਰ ਤਨਖਾਹ ਦੇਣ ਦੀ ਗੱਲ, ਇਹ ਸਾਰਾ ਕੁਝ ਜਿਹੜਾ ਹੈ ਉਸ ਕਾਨੂੰਨ ਦੇ ਵਿੱਚ ਹੋਏਗਾ, ਇਸ ਗੱਲ ਦੀ ਆਸ ਪ੍ਰਗਟ ਕੀਤੀ ਜਾ ਸਕਦੀ ਹੈ। ਇਸੇ ਕਰਕੇ ਅਮਰਿੰਦਰ ਸਿੰਘ ਹੋਰਾਂ ਨੇ ਉਸ ਕਾਨੂੰਨ ਨੂੰ ਪਾਸੇ ਰੱਖ ਕੇ ਨਵੀਆਂ ਧਾਰਾ ਜੋੜ ਕੇ ਇੱਕ ਨਵਾਂ ਕਾਨੂੰਨ ਲਿਆ ਕੇ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਹੈ। ਤੁਹਾਨੂੰ ਯਾਦ ਹੋਏਗਾ ਇਹਦੇ ਵਿੱਚ ਕਿ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਾਮਲੇ ਤੇ ਹਾਈ ਕੋਰਟ ਵਿੱਚ ਇਸ ਮਸਲੇ ਤੇ ਵੀ ਗੱਲ ਹੋਈ ਸੀ, ਵਿਚਾਰ ਚਰਚਾ ਵੀ ਹੋਈ ਸੀ ਕਿ ਹਰੇਕ ਮਹਿਕਮੇ ਵਾਲਿਆਂ ਨੇ ਮੁਲਾਜ਼ਮਾਂ ਨੂੰ ਆਪਣੇ ਢੰਗ ਦੇ ਨਾਲ ਹੀ ਨੋਮੀਨੇਟ ਕਰ ਲਿਆ, ਉਹਨਾਂ ਦੀ ਕੋਈ ਚੋਣ ਨਹੀਂ ਕੀਤੀ ਗਈ ਤੇ ਇਸ ਕਰਕੇ ਇਹਨਾਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਮੈਰਿਟ ਤੇ ਹੋਈ ਚੋਣ ਨਹੀਂ ਹੈ। ਪਰ ਜਿਸ ਵੇਲੇ ਤੁਸੀਂ ਦੇਖੋ ਵੀ ਜਿਸ ਵੇਲੇ ਭਾਵੇਂ ਕੱਚੇ ਤੌਰ ਤੇ ਭਰਤੀ ਕੀਤਾ ਜਾਂਦਾ ਚਾਹੇ ਪੱਕੇ ਤੌਰ ਤੇ ਭਰਤੀ ਕੀਤਾ ਜਾਂਦਾ, ਉਸ ਵੇਲੇ ਉਹਨਾਂ ਦੀ ਮੈਰਿਟ ਉਹਨਾਂ ਮਹਿਕਮੇ ਦੇ ਅਫਸਰਾਂ ਵੱਲੋਂ ਬਣਾਉਣ ਦਾ ਉਪਰਾਲਾ ਹੁੰਦਾ, ਪਰ ਫਿਰ ਵੀ ਕਿਤੇ ਨਾ ਕਿਤੇ ਚੋਰ ਮੋਰੀਆਂ ਰਹਿ ਜਾਂਦੀਆਂ ਨੇ। ਮੰਤਰੀ ਲੋਕ, ਵੱਡੇ ਲੋਕ ਆਪਣੇ ਢੰਗ ਦੇ ਨਾਲ ਉਹਨਾਂ ਕੀਤੀਆਂ ਹੋਈਆਂ ਸਿਫਾਰਿਸ਼ਾਂ ਦੇ ਵਿੱਚ ਗੰਢ ਧੁੱਪ ਕਰ ਲੈਂਦੇ ਨੇ।
ਮੰਨ ਲਓ ਮੈਰਿਟ ਦੇ ਉੱਤੇ ਅਸੀਂ ਕਹਿ ਦਿੰਦੇ ਹਾਂ ਵੀ 12ਵੀਂ ਪਾਸ ਵਿਦਿਆਰਥੀ ਜਿਹੜਾ 5 ਨੰਬਰ ਦਿੱਤੇ ਜਾਣਗੇ, BA ਪਾਸ ਜਿਹੜਾ ਹੈ ਉਹਨੂੰ 2 ਨੰਬਰ ਹੋਰ ਐਡ ਕਰਤੇ ਜਾਣਗੇ, 2 ਨੰਬਰ ਜੇ ਉਹ ਹੋਰ ਪਾਸ ਹੋਏਗਾ ਤਾਂ 2 MA ਵਾਲੇ ਨੂੰ ਦਿੱਤੇ ਜਾਣਗੇ, ਤੇ 5 ਨੰਬਰ ਉਹਨਾਂ ਨੂੰ ਉਹਨਾਂ ਦੀ ਇੰਟਰਵਿਊ ਦੇ ਦਿੱਤੇ ਜਾਣਗੇ। ਤੇ ਹੁੰਦਾ ਇਹ ਆ ਵੀ ਜਿਹੜੇ ਇੰਟਰਵਿਊ ਦੇ ਨੰਬਰ ਹੁੰਦੇ ਨੇ ਉਹਨਾਂ ਦੇ ਵਿੱਚ ਕਈ ਵਾਰੀ ਚੰਗੇ ਵਿਦਿਆਰਥੀ ਜਿਹੜੇ ਜਿਹੜੇ ਚੰਗੇ ਮੈਰਿਟ ਵਾਲੇ ਵਿਦਿਆਰਥੀ ਨੇ ਉਹਨਾਂ ਨੂੰ 5 ਦੇ ਥਾਂ ਤੇ 1 ਨੰਬਰ ਦੇ ਦਿੱਤਾ ਜਾਂਦਾ, ਤੇ ਜਿਹੜੇ ਮਾੜੇ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ 0 ਨੰਬਰ ਜਾਂ 1 ਨੰਬਰ ਦੀ ਥਾਂ ਤੇ 4 ਜਾਂ 5 ਨੰਬਰ ਦੇ ਦਿੱਤੇ ਜਾਂਦੇ। ਬਿਲਕੁਲ। ਤੇ ਇਸ ਤਰ੍ਹਾਂ ਮੈਰਿਟ ਜਿਹੜੀ ਆ ਭੰਨਤੋੜ ਕਰਤੀ ਜਾਂਦੀ। ਇਹ ਗੱਲਾਂ ਦੇ ਮਾਮਲੇ ਤੇ ਹਾਈ ਕੋਰਟ ਦੇ ਵਿੱਚ ਚਰਚਾ ਲਗਾਤਾਰ ਹੋਈ ਔਰ ਪੰਜਾਬ ਸਰਕਾਰ ਆਪਣੇ ਆਪ ਨੂੰ ਫਸੀ ਫਸੀ ਮਹਿਸੂਸ ਕਰਦੀ ਸੀ। ਇਸੇ ਕਰਕੇ ਨਵਾਂ ਕਾਨੂੰਨ ਲਿਆਉਣ ਦੀ ਗੱਲ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਔਰ ਮੈਂ ਸਮਝਦਾ ਵੀ ਵਿਧਾਨ ਸਭਾ ਦੇ ਵਿੱਚ ਕੀਤਾ ਹੋਇਆ ਇਹ ਐਲਾਨ ਸ਼ਲਾਘਾਯੋਗ ਹੈ ਔਰ ਮੁਲਾਜ਼ਮਾਂ ਨੂੰ ਇਸ ਗੱਲ ਲਈ ਵੈਲਕਮ ਕਰਨਾ ਚਾਹੀਦਾ ਤੇ ਉਹਨਾਂ ਉਹਨਾਂ ਮੁਲਾਜ਼ਮਾਂ ਦੇ ਬਾਰੇ ਵੀ ਅਮਰਿੰਦਰ ਸਿੰਘ ਹੋਣਾ ਨੇ ਗੱਲ ਕੀਤੀ ਹੈ ਜਿਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਘੱਟ ਤਨਖਾਹ ਦੇ ਕੇ ਰੈਗੂਲਰ ਕੀਤਾ ਗਿਆ ਹੈ, ਉਹਨਾਂ ਨੂੰ ਪੂਰੀਆਂ ਤਨਖਾਹਾਂ ਦੇਣ ਦੇ ਮਾਮਲੇ ਤੇ ਵੀ ਭਰੋਸਾ ਪ੍ਰਗਟ ਕੀਤਾ ਗਿਆ ਹੈ, ਉਹਨਾਂ ਨਰਸਾਂ ਨੂੰ ਪੱਕੇ ਕਰਨ ਦੀ ਗੱਲ ਵੀ ਕੀਤੀ ਗਈ ਹੈ ਜਿਹੜੀਆਂ ਨਿੱਤ ਦਿਹਾੜੇ ਕਦੇ ਕੰਧਾਂ ਕੋਠਿਆਂ ਤੇ ਚੜ੍ਹ ਕੇ ਆਤਮ ਹੱਤਿਆ ਦੀ ਗੱਲ ਕਰਦੀਆਂ ਨੇ, ਟੈਂਕੀਆਂ ਦੇ ਉੱਤੇ ਚੜ੍ਹ ਕੇ ਆਪਣੀ ਜ਼ਿੰਦਗੀ ਵਾਰਨ ਦੀ ਗੱਲ ਕਰਦੀਆਂ ਨੇ। ਜੀ 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 ਗੱਲ ਕਿਸਾਨਾਂ ਦੀ ਕਰਦੇ ਹਾਂ, ਕਿਸਾਨਾਂ ਤੇ ਕਰਜ਼ਾ ਵਸੂਲੀ ਸੰਬੰਧੀ ਫੌਜਦਾਰੀ ਕੇਸ ਬੈਂਕਾਂ ਵੱਲੋਂ ਦਰਜ ਹੋ ਰਹੇ ਨੇ ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨੇ ਵੀ ਦਿੱਤੇ ਜਾ ਰਹੇ ਨੇ, ਆਖਿਰ ਕਰਜ਼ਾ ਮਾਫੀ ਤੋਂ ਬਾਅਦ ਵੀ ਪਰੇਸ਼ਾਨੀ ਕਿਉਂ ਆ ਰਹੀ ਹੈ ਕਿਸਾਨਾਂ ਨੂੰ? ਦੇਖੋ ਇਹਦੇ ਵਿੱਚ 2-3 ਗੱਲਾਂ ਸਨ ਜੀ। ਪਹਿਲੀ ਗੱਲ ਤਾਂ ਅਮਰਿੰਦਰ ਸਿੰਘ ਸਰਕਾਰ ਨੇ ਉਹਨਾਂ ਸਾਰੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਯਤਨ ਕੀਤਾ ਜਿਨ੍ਹਾਂ ਨੇ ਸੁਸਾਇਟੀਆਂ ਤੋਂ ਕੋਆਪਰੇਟਿਵ ਸੁਸਾਇਟੀਆਂ ਤੋਂ ਕਰਜ਼ੇ ਲਏ ਸਨ ਜੀ। ਆਮ ਤੌਰ ਤੇ ਇਹ ਉਹ ਕਿਸਾਨ ਨੇ ਜਿਹੜੇ ਫਸਲ ਜਿਸ ਵੇਲੇ ਬੀਜੀ ਜਾਂਦੀ ਹੈ ਉਸ ਵੇਲੇ ਉਹ ਛੋਟੇ ਛੋਟੇ ਕਰਜ਼ੇ ਪਿੰਡਾਂ ਦੀਆਂ ਸਹਿਕਾਰੀ ਸੁਸਾਇਟੀਆਂ ਤੋਂ ਲੈਂਦੇ ਨੇ, ਉਹਨਾਂ ਤੋਂ ਖਾਦ ਚੁੱਕਦੇ ਨੇ, ਉਹਨਾਂ ਤੋਂ ਕੀਟਨਾਸ਼ਕ ਦਵਾਈਆਂ ਲੈਂਦੇ ਨੇ, ਹੋਰ ਛੋਟੇ ਮੋਟੇ ਖਰਚੇ ਪੂਰੇ ਕਰਨ ਲਈ ਥੋੜਾ ਬਹੁਤਾ ਕਰਜ਼ਾ ਵੀ ਲੈਂਦੇ ਨੇ। ਉਹਨਾਂ ਕਰਜ਼ਿਆਂ ਨੂੰ ਪਹਿਲੀ ਸੱਟੇ ਮਾਫ਼ ਕਰਨ ਦਾ ਯਤਨ ਹੋਇਆ ਅਮਰਿੰਦਰ ਸਿੰਘ ਸਰਕਾਰ ਵੱਲੋਂ। ਇਹ ਉਹਨਾਂ ਦਾ ਫੇਸ ਪਹਿਲਾ ਸੀ ਕਰਜ਼ਾ ਮਾਫ਼ੀ ਦਾ, ਉਹਦੇ ਵਿੱਚ ਕੁੱਝ ਲੋਕਾਂ ਦੇ 2-2 ਲੱਖ ਰੁਪਏ ਤੱਕ ਦੇ ਕਰਜ਼ੇ ਵੀ ਮਾਫ਼ ਹੋਏ, ਪਰ ਕੁੱਝ ਇੱਕ ਲੋਕਾਂ ਦੇ 900-1500-10,000 ਤੱਕ ਦੇ ਕਰਜ਼ੇ ਵੀ ਮਾਫ਼ ਹੋਏ, ਕਿਉਂਕਿ ਜਿਹਨਾਂ ਲੋਕਾਂ ਨੇ ਜਿੰਨੇ ਕਰਜ਼ੇ ਸੁਸਾਇਟੀਆਂ ਵਿੱਚੋਂ ਲਏ ਸੀ ਉਨੇ ਮਾਫ਼ ਹੋਣੇ ਸੀ। ਫਿਰ ਦੂਜੀ ਵਾਰੀ ਆਈ ਕੋਆਪਰੇਟਿਵ ਸੁਸਾਇਟੀ ਕੋਆਪਰੇਟਿਵ ਬੈਂਕਾਂ ਦੀ, ਉਹਨਾਂ ਬੈਂਕਾਂ ਤੋਂ ਵੀ ਕੁੱਝ ਕਿਸਾਨਾਂ ਨੇ ਕਰਜ਼ੇ ਲਏ ਹੋਏ ਸਨ, ਉਹ ਕਰਜ਼ੇ ਮਾਫ਼ ਕਰਨ ਵਾਲੀ ਗੱਲ ਦੂਜੇ ਫੇਜ਼ ਵਿੱਚ ਹੋਈ। ਤੀਜੇ ਫੇਜ਼ ਦੇ ਵਿੱਚ ਉਹਨਾਂ ਕਮਰਸ਼ੀਅਲ ਬੈਂਕਾਂ ਜਿਹੜੀਆਂ ਕਮਰਸ਼ੀਅਲ ਬੈਂਕਾਂ ਸੀ ਉਹਨਾਂ ਦੇ ਵਿੱਚੋਂ ਲਏ ਹੋਏ ਕਰਜ਼ੇ ਜਿਹੜੇ 2 ਲੱਖ ਤੱਕ ਸੀਮਿਤ ਸਨ ਉਹ ਕਰਜ਼ੇ ਮਾਫ਼ ਕਰਨ ਦੀ ਗੱਲ ਹੋਈ ਹੈ। ਪਰ ਫੇਰ ਵੀ ਬਹੁਤ ਸਾਰੇ ਕਰਜ਼ੇ ਹਾਲੇ ਵੀ ਕਿਸਾਨਾਂ ਦੇ ਸਿਰ ਰਹਿ ਗਏ, ਕਿਉਂਕਿ ਜਿਹਨਾਂ ਦੇ ਕਰਜ਼ੇ 2 ਲੱਖ ਤੋਂ ਉੱਪਰ ਸਨ ਉਹ ਇਸ ਲਿਮਿਟ ਦੇ ਵਿੱਚ ਨਹੀਂ ਆ ਸਕੇ। ਤੋ ਕਿਉਂਕਿ ਕਰਜ਼ੇ ਬੈਂਕਾਂ ਵੱਲੋਂ ਮਾਫ ਕਰਦੇ ਗਏ ਕਰ ਦਿੱਤੇ ਗਏ, ਸਰਕਾਰ ਵੱਲੋਂ ਉਹਨਾਂ ਨੂੰ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਅਸੀਂ ਇਹ ਪੈਸੇ ਤੁਹਾਨੂੰ ਦੇਵਾਂਗੇ, ਦੇ ਵੀ ਦਿੱਤੇ ਗਏ, ਪਰ ਕੁੱਝ ਸਮਾਂ ਕਰਜ਼ੇ ਨਾ ਦੇਣ ਦੀ ਗੱਲ ਜਿਸ ਵੇਲੇ ਕਹਿ ਦਿੱਤੀ ਗਈ ਸਰਕਾਰ ਵੱਲੋਂ ਵੀ ਭਾਈ ਕੋਈ ਵੀ ਬੰਦਾ ਜਿਹੜਾ ਕਿਸਾਨ ਆ ਹੁਣ ਆਪਣਾ ਕਰਜ਼ਾ ਨਾ ਦੇਵੇ, ਤੋ ਜਿਹੜੀ ਕਰਜ਼ੇ ਦੀ ਵਸੂਲੀ ਸੀ ਉਹ ਲਗਭਗ ਬੰਦ ਹੋ ਗਈ। ਲੋਕਾਂ ਨੇ ਮਹਿਸੂਸ ਕਰਨਾ ਸ਼ੁਰੂ ਕਰਤਾ ਵੀ ਸਾਡੇ ਤਾਂ 5-5 ਲੱਖ ਰੁਪਏ ਵੀ ਸ਼ਾਇਦ ਮਾਫ਼ ਹੋ ਜਾਣੇ ਨੇ, ਤੇ ਇਹਦੇ ਨਾਲ ਬੈਂਕਾਂ ਜਿਹੜੀਆਂ ਆ ਉਹ ਘਾਟੇ ਵਿੱਚ ਜਾਣ ਲੱਗ ਪਈਆਂ, ਉਹਨਾਂ ਨੂੰ ਉਹ ਕਰਜ਼ ਵਸੂਲੀ ਦੇ ਵਿੱਚ ਜਿਹੜਾ ਉਹਨਾਂ ਨੇ ਕਰਜ਼ੇ ਦੀ ਵਸੂਲੀ ਕਰਨੀ ਹੁੰਦੀ ਹੈ ਉਹਦੇ ਵਿੱਚ ਬਹੁਤ ਵੱਡੀਆਂ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ, ਤੇ ਉਹਨਾਂ ਨੇ ਉਹਨਾਂ ਕਿਸਾਨਾਂ ਨੂੰ ਨੋਟਿਸ ਦੇਣੇ ਸ਼ੁਰੂ ਕਰ ਦਿੱਤੇ, ਕੁਰਕੀ ਦੇ ਨੋਟਿਸ ਇਸ ਕਰਕੇ ਦਿੱਤੇ ਵੀ ਨਾ ਤਾਂ ਕਿਸਾਨਾਂ ਨੇ ਕਰਜ਼ੇ ਵਾਪਸ ਕੀਤੇ, ਨਾ ਉਹਤੇ ਜਿਹੜਾ ਵਿਆਜ ਬਣਦਾ ਸੀ 2-2 ਸਾਲ ਦਾ ਜਾਂ 3-3 ਸਾਲ ਦਾ ਉਹ ਅਦਾ ਕਰਨ ਦਾ ਯਤਨ ਕੀਤਾ, ਕਿਉਂਕਿ ਕਿਸਾਨਾਂ ਨੂੰ ਇਹ ਗੱਲ ਸੀ ਵੀ ਸਾਡੇ ਕਰਜ਼ੇ ਮਾਫ਼ ਹੋ ਜਾਣੇ ਨੇ, ਤੇ ਬੈਂਕਾਂ ਨੂੰ ਇਹ ਹੋ ਗਿਆ ਵੀ ਸਾਡੇ ਕਰਜ਼ੇ ਕੋਈ ਦੇ ਨਹੀਂ ਰਿਹਾ ਤੇ ਬੈਂਕਾਂ ਡੁੱਬ ਜਾਣੀਆਂ ਨੇ। ਤੋ ਇਹ ਇੱਕ ਜਿਹੜਾ ਸੰਕਟ ਪੈਦਾ ਹੋ ਗਿਆ, ਇਹ ਇੱਕ ਭਰਮ ਪੈਦਾ ਹੋ ਗਿਆ, ਉਹਦੇ ਕਾਰਨ ਇਹ ਸਾਰੀ ਸਮੱਸਿਆ ਜਿਹੜੀ ਹੈ ਸਾਹਮਣੇ ਆਈ। ਪਰ ਸਰਕਾਰ ਨੇ ਜਦੋਂ ਇਹ ਕਹਿਤਾ ਵੀ ਭਾਈ ਕੋਈ ਵੀ ਕਿਸਾਨ ਕਰਜ਼ੇ ਤੋਂ ਦੁਖੀ ਨਾ ਰਹੇ, ਕਿਸੇ ਦੀ ਕੁਰਕੀ ਜਿਹੜੀ ਹੈ ਨਹੀਂ ਕੀਤੀ ਜਾਏਗੀ, ਪਰ ਤਦ ਵੀ ਬਹੁਤ ਸਾਰੇ ਕਿਸਾਨਾਂ ਦੀਆਂ ਕੁਰਕੀਆਂ ਦੇ ਆਰਡਰ ਜੋ ਉਹਨਾਂ ਨੂੰ ਮਿਲੇ
ਕੁਰਕੀ ਦੇ ਆਰਡਰ ਜਦੋਂ ਕਿਸਾਨ ਨੂੰ ਮਿਲਦੇ ਨੇ, ਅਸਲ ਵਿੱਚ ਤਾਂ ਉਹ ਆਪਣੇ ਆਪ ਨੂੰ ਅੱਧ ਮਰਿਆ ਹੋਇਆ ਮਹਿਸੂਸ ਕਰਦਾ, ਕਿਉਂਕਿ ਸਮਾਜਿਕ ਤੌਰ ਤੇ ਉਸ ਦੀ ਦਿੱਖ ਜਿਹੜੀ ਹੈ ਲੋਕਾਂ ਦੇ ਵਿੱਚ ਧੁੰਦਲੀ ਹੋ ਜਾਂਦੀ ਹੈ। ਲੋਕ ਕਹਿਣ ਲੱਗ ਪੈਂਦੇ ਨੇ ਇਹ ਤਾਂ ਭਾਈ ਕਰਜਾਈ ਆ, ਇਹਦੇ ਪੁੱਤ ਪੁੱਤ ਧੀ ਜਾਂ ਪੋਤੇ ਨਾਲ ਅਸੀਂ ਤੇ ਰਿਸ਼ਤਾ ਨਹੀਂ ਕਰਨਾ, ਇਹ ਤਾਂ ਕਰਜਾਈਆਂ ਦਾ ਟੱਬਰ ਆ, ਇਹਨੂੰ ਤਾਂ ਪੁਲਿਸ ਵਾਲੇ ਲੈਣ ਆਉਣ ਲੱਗ ਪਏ ਨੇ, ਇਸ ਕਰਕੇ ਇਹ ਸਮਾਜ ਦੇ ਵਿੱਚ ਕੋਈ ਪੁੱਛ ਪ੍ਰਤੀਤ ਹੈ ਕੋਈ ਨਹੀਂ। ਤੋ ਇਹ ਸਾਰਾ ਕੁਝ ਸਾਡੇ ਸਾਹਮਣੇ ਆਇਆ। ਉਸ ਹਾਲ ਦੇ ਵਿੱਚ 7 ਜਥੇਬੰਦੀਆਂ ਨੇ ਜਿਹੜੀਆਂ ਕਿਸਾਨਾਂ ਦੀਆਂ, ਉਹਨਾਂ ਨੇ ਪਿਛਲੇ ਦਿਨ ਧਰਨਾ ਦਿੱਤਾ ਔਰ ਅਖੀਰ ਦੇ ਵਿੱਚ ਸਰਕਾਰ ਨੇ ਫੈਸਲਾ ਕੀਤਾ ਵੀ ਉਹ ਜਿਹੜੇ ਕੁਰਕੀ ਦੇ ਆਰਡਰ ਨੇ ਉਹ ਵਾਪਸ ਲੈਣ ਲਈ ਬੈਂਕਾਂ ਨੂੰ ਕਿਹਾ ਜਾਏਗਾ ਔਰ ਇਸ ਮਸਲੇ ਨੂੰ ਹੱਲ ਕਰਨ ਦਾ ਯਤਨ ਹੋਏਗਾ। ਪਰ ਇੱਕ ਗੱਲ ਯਾਦ ਰੱਖਣੀ ਚਾਹੀਦੀ ਆ ਵੀ ਕਰਜ਼ਾ ਜਿਹੜਾ ਹੈ ਉਹਦੇ ਸਾਰੇ ਦੇ ਸਾਰੇ ਵੀ ਕਰਜ਼ੇ ਮਾਫ਼ ਕਰਤੇ ਜਾਣ। ਕਰਜ਼ਾ ਮਾਫ਼ ਕਰਨਾ ਹੀ ਪੰਜਾਬ ਦੇ ਕਿਸਾਨਾਂ ਦੀ ਸੰਕਟ ਦਾ ਹੱਲ ਨਹੀਂ ਹੈ, ਇਸ ਮਾਮਲੇ ਦੇ ਉੱਤੇ ਹੋਰ ਬਹੁਤ ਸਾਰੇ ਯਤਨ ਕਰਨ ਦੀ ਲੋੜ ਹੈ। ਕੱਲ੍ਹ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸੀ, ਪਰ ਪੰਜਾਬੀ ਨੂੰ ਨਾ ਤਾਂ ਸਰਕਾਰੀ ਦਫ਼ਤਰਾਂ 'ਚ ਯੋਗਿਆ ਥਾਂ ਮਿਲਿਆ ਅਤੇ ਨਾ ਹੀ ਪੰਜਾਬੀ ਕਾਰੋਬਾਰੀ ਭਾਸ਼ਾ ਬਣ ਰਹੀ ਹੈ। ਪੰਜਾਬੀ ਨਾਲ ਜਿਸ ਤਰ੍ਹਾਂ ਮਤਰੇਈ ਮਾਂ ਵਰਗਾ ਸਲੂਕ ਹੋ ਰਿਹਾ, ਉਸ ਤੋਂ ਤਾਂ ਲੱਗਦਾ ਹੀ ਨਹੀਂ ਕਿ ਪੰਜਾਬੀ ਪੰਜਾਬੀਆਂ ਦੀ ਮਾਂ ਬੋਲੀ ਭਾਸ਼ਾ ਹੈ। ਕੀ ਲੱਗਦਾ ਤੁਹਾਨੂੰ? ਦੇਖੋ, ਜਿਸ ਵੇਲੇ ਪੰਜਾਬੀ ਸੂਬਾ 1966 ਵਿੱਚ ਬਣਿਆ ਸੀ, ਉਸ ਵੇਲੇ ਅਸਲ ਮਾਇਨਿਆਂ ਦੇ ਵਿੱਚ ਬੋਲੀ ਦੇ ਆਧਾਰ ਉੱਤੇ ਹੀ ਪੰਜਾਬ ਨੂੰ ਪੰਜਾਬੀ ਸੂਬੇ ਦਾ ਨਾਂ ਦਿੱਤਾ ਗਿਆ ਸੀ। ਹਰਿਆਣਾ ਵੱਖਰ ਦਿੱਤਾ ਗਿਆ, ਪੰਜਾਬੀ ਬੋਲ ਦੇ ਇਲਾਕੇ ਜਿਹੜੇ ਆ ਪੰਜਾਬ ਦੇ ਵਿੱਚ ਲਿਆਉਣ ਦਾ ਯਤਨ ਹੋਇਆ, ਪਰ ਕੁਝ ਪੰਜਾਬੀ ਬੋਲ ਦੇ ਇਲਾਕੇ ਪੰਜਾਬੋਂ ਬਾਹਰ ਰਹਿਣ ਦਿੱਤੇ ਗਏ, ਚੰਡੀਗੜ੍ਹ ਬਾਹਰ ਰਹਿਣ ਦਿੱਤਾ ਗਿਆ। ਇਸ ਸੰਬੰਧ ਦੇ ਵਿੱਚ ਹੁਣ ਤੱਕ ਵੀ ਪੰਜਾਬ ਦੇ ਲੋਕ ਆਪਣੀ ਲੜਾਈ ਲੜ ਰਹੇ ਨੇ। ਦੂਜੀ ਲੜਾਈ ਪੰਜਾਬ ਦੇ ਚਿੰਤਕ, ਪੰਜਾਬ ਦੇ ਲੇਖਕ, ਪੰਜਾਬੀ ਪਿਆਰੇ ਜਿਹੜੇ ਨੇ ਇਸ ਗੱਲ ਦੀ ਲੜਦੇ ਨੇ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਬੋਲੀ ਨੂੰ ਸਹੀ ਸਥਾਨ ਨਹੀਂ ਮਿਲ ਰਿਹਾ, ਭਾਵੇਂ ਕਿ ਬਹੁਤ ਸਾਰੇ ਕਾਨੂੰਨ ਬਣਾਏ ਗਏ ਨੇ। 2008 ਦੇ ਵਿੱਚ ਇੱਕ ਇਸ ਕਿਸਮ ਦਾ ਕਾਨੂੰਨ ਵੀ ਬਣਾਇਆ ਗਿਆ ਕਿ ਇਹਦੇ ਵਿੱਚ ਧਾਰਾ ਇਸ ਗੱਲ ਦੀ ਸ਼ਾਮਿਲ ਕਰ ਦਿਓ ਕਿ ਜਿਹੜਾ ਅਫਸਰ ਪੰਜਾਬੀ ਦੇ ਵਿੱਚ ਗੱਲ ਨਹੀਂ ਕਰਦਾ, ਪੰਜਾਬੀ ਦੇ ਵਿੱਚ ਕੰਮ ਕਾਰ ਜਿਹੜਾ ਦਫ਼ਤਰਾਂ ਦਾ ਨਹੀਂ ਕਰਦਾ, ਉਸ ਨੂੰ ਸਜ਼ਾ ਦਾ ਪ੍ਰਾਵਧਾਨ ਉਹਦੇ ਵਿੱਚ ਕਰ ਦਿੱਤਾ ਜਾਏ। ਸਕੂਲਾਂ ਦੇ ਵਿੱਚ ਪੰਜਾਬੀ ਨੂੰ ਲਾਜ਼ਮੀ ਕਰ ਦਿੱਤਾ ਗਿਆ, ਪਰ ਹਾਲੇ ਵੀ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੈ। ਸਹੀ ਢੰਗ ਦੇ ਨਾਲ ਲੋਕ ਜਿਹੜੇ ਨੇ ਪੰਜਾਬੀ ਨੂੰ ਪੰਜਾਬੀ ਵਿੱਚ ਲਿਖਤ ਪੜ੍ਹਤ ਨਹੀਂ ਕਰਦੇ, ਅੰਗਰੇਜ਼ੀ ਦੇ ਵਿੱਚ ਬਹੁਤਾ ਕਾਰੋਬਾਰ ਕਰਦੇ ਨੇ। ਇਸ ਮਾਮਲੇ ਦੇ ਉੱਤੇ ਬੜੇ ਵੱਡੇ ਪੱਧਰ ਤੇ ਲਕਸ਼ਮਣ ਸਿੰਘ ਗਿੱਲ ਸਰਕਾਰ ਨੇ ਯਤਨ ਕੀਤਾ ਸੀ ਬਹੁਤ ਸਮਾਂ ਪੁਰਾਣਾ ਕਿ ਪੰਜਾਬੀ ਨੂੰ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਪੂਰੀ ਤਰ੍ਹਾਂ ਲਾਗੂ ਕੀਤਾ ਜਾਏ, ਪਰ ਉਸ ਤੋਂ ਬਾਅਦ ਕੋਈ ਵੀ ਇਹੋ ਜਿਹਾ ਮੁੱਖ ਮੰਤਰੀ ਨਹੀਂ ਆਇਆ ਜਿਸ ਨੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਲਾਗੂ ਕਰਨ ਲਈ ਉਹਨਾਂ ਅਫਸਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਹੋਣ ਜਿਹੜੇ ਇਸ ਗੱਲ ਤੋਂ ਮੁਨਕਰ ਨੇ। ਦੂਸਰੀ ਇਹ ਕਿ ਹਾਈਕੋਰਟ ਦੇ ਵਿੱਚ ਭਾਵੇਂ ਇਹ ਗੱਲ ਪਾਸ ਹੋ ਚੁੱਕੀ ਆ ਕਿ ਅਦਾਲਤਾਂ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਪੰਜਾਬੀ ਵਰਤੀ ਜਾਏ, ਅੰਗਰੇਜ਼ੀ ਵਰਤੋਂ ਦਾ ਨਾ ਵਰਤੀ ਜਾਏ, ਪਰ ਇਸ ਮਾਮਲੇ ਤੇ ਰਿਟਾਂ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਉਹ ਨਿਯੁਕਤੀਆਂ ਨਹੀਂ ਕੀਤੀਆਂ ਗਈਆਂ ਪੰਜਾਬੀ ਦੇ ਪੜ੍ਹਨ ਵਾਲੇ ਕਲਰਕਾਂ ਦੀਆਂ ਜਾਂ ਪੰਜਾਬੀ ਜਾਣਨ ਵਾਲੇ ਕਲਰਕਾਂ ਦੀਆਂ ਜਾਂ ਪੰਜਾਬੀ ਟਾਈਪਿਸਟਾਂ ਦੀਆਂ ਜਾਂ ਪੰਜਾਬੀ ਡਾਟਾ ਅਪਡੇਟਰਾਂ ਦੀਆਂ, ਜਿਹਦੇ ਨਾਲ ਕਾਰੋਬਾਰ ਜਿਹੜਾ ਹੈ ਉਹ ਅਦਾਲਤਾਂ ਦੇ ਵਿੱਚ ਪੰਜਾਬੀ ਵਿੱਚ ਹੋ ਸਕੇ। ਤੁਸੀਂ ਦੇਖੋ ਅਦਾਲਤਾਂ ਵਿੱਚ ਬਹੁਤੇ ਕੇਸ ਜਿਹੜੇ ਅਨਪੜ੍ਹ ਲੋਕਾਂ ਦੇ ਜਾਂ ਘੱਟ ਪੜ੍ਹੇ ਲਿਖੇ ਲੋਕਾਂ ਦੇ ਨੇ, ਫੈਸਲੇ ਜਿਹੜੇ ਨੇ ਜੱਜ ਅੰਗਰੇਜ਼ੀ ਵਿੱਚ ਕਰਦੇ ਨੇ, ਲਿਖਾਉਂਦੇ ਅੰਗਰੇਜ਼ੀ ਵਿੱਚ ਨੇ, ਕਿਉਂਕਿ ਉਹਨਾਂ ਦੇ ਲੀਡਰ ਜਿਹੜੇ ਨੇ ਉਹ ਪੰਜਾਬੀ ਦੀਆਂ ਵਾਰਤਾ ਲਿਖਣ ਦੇ ਯੋਗ ਨਹੀਂ ਹੈਗੇ, ਉਹਨਾਂ ਕੋਲ ਉਸ ਕਿਸਮ ਦਾ ਸਟਾਫ ਹੈ ਨਹੀਂ, ਤੇ ਜਿਸ ਵੇਲੇ ਉਹ ਸਾਰਾ ਕੁਝ ਕਲਾਇੰਟ ਦੇ ਕੋਲ ਜਾਂਦਾ, ਵਕੀਲ ਉਹ ਆਪਣੇ ਉਸ ਵਿਅਕਤੀ ਦੇ ਹੱਥ ਫੜਾਉਂਦਾ ਵੀ ਆਹ ਲੈ ਤੇਰੇ ਹੱਕ ਦੇ ਵਿੱਚ ਫੈਸਲਾ ਹੋ ਗਿਆ, ਤੇਰੇ ਵਿਰੋਧ ਦੇ ਵਿੱਚ ਫੈਸਲਾ ਹੋ ਗਿਆ, ਤੇ ਉਹ ਕਿਸੇ ਹੋਰ ਪੜ੍ਹੇ ਲਿਖੇ ਦੇ ਕੋਲ ਲੈ ਕੇ ਜਾਂਦਾ, ਜਿਹੜਾ ਜਿਹੜਾ ਇਵੇਂ ਲੱਗਦਾ ਵੀ ਇਹ ਤਾਂ ਸੱਚਮੁੱਚ ਅਨਪੜ੍ਹ ਸਾਰਾ ਸਿਲਸਿਲਾ ਜਿਹੜਾ ਹੈ ਕਚਹਿਰੀਆਂ ਦੇ ਵਿੱਚ ਅਨਪੜ੍ਹਤਾ ਵਾਲਾ ਚੱਲ ਰਿਹਾ। ਜੀ ਜੀ ਬਿਲਕੁਲ। ਸੋ ਅਸਲ ਵਿੱਚ ਤਾਂ ਲੋੜ ਇਸ ਗੱਲ ਦੀ ਹੈ ਕਿ ਹੁਣ ਤੱਕ ਕਚਹਿਰੀਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਪੰਜਾਬੀ ਨੂੰ ਲਾਗੂ ਕਰ ਦਿੱਤਾ ਜਾਂਦਾ, ਪਰ ਇਹ ਹੋ ਨਹੀਂ ਰਿਹਾ। ਇਸ ਤੋਂ ਵੀ ਅਗਲੀ ਗੱਲ ਇਹ ਆ ਵੀ ਪੰਜਾਬੀ ਬੋਲੀ ਨੂੰ ਕਾਰੋਬਾਰੀ ਭਾਸ਼ਾ ਜਿਹੜੀ ਹੈ ਨਹੀਂ ਬਣ ਦਿੱਤਾ ਗਿਆ।
ਜਿਹੜੇ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਚਲ ਜਾਓ, ਫਗਵਾੜੇ ਚਲ ਜਾਓ, ਪਟਿਆਲੇ ਚਲ ਜਾਓ, ਨਾਭੇ ਚਲ ਜਾਓ, ਜਲੰਧਰ ਚਲ ਜਾਓ, ਲੁਧਿਆਣੇ ਚਲ ਜਾਓ, ਤੁਹਾਨੂੰ ਦਫ਼ਤਰਾਂ ਦੇ ਆਪਣੇ ਜਿਹੜੇ ਦੁਕਾਨਾਂ ਦੇ ਬੋਰਡ ਜਿਹੜੇ ਨੇ ਆਮ ਤੌਰ ਤੇ ਤੁਹਾਨੂੰ ਉਹ ਪੰਜਾਬੀ ਵਿੱਚ ਨਹੀਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖੇ ਮਿਲਣਗੇ। ਬਹੁਤ ਘੱਟ ਬੋਰਡ ਜਿਹੜੇ ਨੇ ਪੰਜਾਬੀ ਚ ਲਿਖੇ ਹੁੰਦੇ ਨੇ, ਅੰਗਰੇਜ਼ੀ ਚ ਲਿਖੇ ਹੁੰਦੇ ਨੇ ਤੇ ਨਾਲ ਪੰਜਾਬੀ ਵਿੱਚ ਵੀ ਲਿਖੇ ਹੁੰਦੇ ਨੇ ਕਿਤੇ ਕਿਤੇ। ਅਸੀਂ ਇਸ ਗੱਲ ਦੇ ਉਲਟ ਨਹੀਂ ਹਾਂ ਕਿ ਪੰਜਾਬੀ ਅੰਗਰੇਜ਼ੀ ਜਿਹੜੀ ਪੜ੍ਹੀ ਨਾ ਜਾਵੇ, ਅਸੀਂ ਇਸ ਗੱਲ ਦੇ ਉਲਟ ਵੀ ਨਹੀਂ ਹੈ ਕਿ ਹਿੰਦੀ ਵੀ ਉਸ ਨੂੰ ਯੋਗ ਸਥਾਨ ਨਾ ਮਿਲੇ। ਪਰ ਜਦ ਤੱਕ ਮਾਤ ਭਾਸ਼ਾ ਨੂੰ ਆਪਣੇ ਆਪਣੇ ਸੂਬੇ ਦੇ ਵਿੱਚ ਆਪਣਾ ਪੂਰਾ ਸਥਾਨ ਨਹੀਂ ਮਿਲਦਾ, ਉਦੋਂ ਤੱਕ ਇੱਥੋਂ ਦੇ ਰਹਿਣ ਵਾਲੇ ਵਸਿੰਦੇ ਜਿਹੜੇ ਨੇ ਉਹ ਮਾਨਸਿਕ ਤੌਰ ਤੇ ਸਹੀ ਢੰਗ ਦਾ ਵਿਕਾਸ ਨਹੀਂ ਕਰ ਸਕਦੇ। ਜੇ ਉਹਨਾਂ ਨੂੰ ਇਹ ਲੱਗੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਪੰਜਾਬੀ ਪੜ੍ਹਾਂਗੇ, ਪੰਜਾਬੀ ਵਿੱਚ ਸਾਡੀ ਮਾਸਟਰੀ ਹੋਏਗੀ, ਪੰਜਾਬੀ ਵਿੱਚ ਸਾਨੂੰ ਜ਼ਿਆਦਾ ਪੜ੍ਹਨ ਨਾਲ ਨੌਕਰੀਆਂ ਮਿਲ ਜਾਣਗੀਆਂ, ਸਾਡਾ ਕਾਰੋਬਾਰ ਅਸੀਂ ਉਹਦੇ ਵਿੱਚ ਕਰ ਸਕਾਂਗੇ, ਤਾਂ ਮੈਂ ਸਮਝਦਾ ਕਿ ਉਸ ਹਾਲਤ ਵਿੱਚ ਅੰਗਰੇਜ਼ੀ ਵੱਲ ਨੂੰ ਸਾਨੂੰ ਮੂੰਹ ਨਹੀਂ ਮਾਰਨਾ ਪਏਗਾ। ਦੂਜੀ, ਸਾਡੇ ਘਰਾਂ ਦੇ ਵਿੱਚ ਲੋਕ ਜਿਹੜੇ ਬੱਚੇ ਨੇ, ਖਾਸ ਤੌਰ ਤੇ ਮਾਵਾਂ ਨੇ, ਉਹ ਜੰਮਦੇ ਬੱਚੇ ਨੂੰ ਤਾਂ ਆਪਣੀ ਮਾਤ ਭਾਸ਼ਾ ਸਿਖਾਉਂਦੀਆਂ ਨੇ, ਉਹਨਾਂ ਨੂੰ ਬੜਾ ਅੱਛਾ ਪੰਜਾਬੀ ਦੇ ਵਿੱਚ ਲੋਰੀਆਂ ਦਿੰਦੀਆਂ ਨੇ, ਪਰ ਜਿਸ ਵੇਲੇ ਉਹ ਸਕੂਲ ਜਾਣ ਦੀ ਗੱਲ ਕਰਨ ਲੱਗ ਪੈਂਦਾ, ਉਸ ਵੇਲੇ ਉਹਦੇ ਨਾਲ ਹਿੰਦੀ ਦੇ ਵਿੱਚ ਤੇ ਅੰਗਰੇਜ਼ੀ ਦੇ ਵਿੱਚ ਹੀ ਗੱਲ ਕਰਨ ਦੀ ਗੱਲ ਉਹ ਕਰਦੀਆਂ ਨੇ, ਜਿਹਦੇ ਨਾਲ ਬੱਚਾ ਜਿਹੜਾ ਹੈ ਉਸ ਦਾ ਮਾਨਸਿਕ ਵਿਕਾਸ ਜਿਹੜਾ ਹੈ ਰੁਕ ਜਾਂਦਾ। ਤੇ ਦੂਸਰੀ ਗੱਲ, ਤੁਸੀਂ ਦੇਖੋ ਵੀ ਜਿਹੜੇ ਕਥਿਤ ਤੌਰ ਤੇ ਮਾਡਲ ਜਾਂ ਪਬਲਿਕ ਸਕੂਲ ਨੇ, ਉਹਨਾਂ ਦੇ ਵਿੱਚ ਉਹਨਾਂ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਕੁੱਟ ਕੁਟਾਪਾ ਕੀਤਾ ਜਾਂਦਾ, ਸਜਾਵਾਂ ਤੱਕ ਦਿੱਤੀਆਂ ਜਾਂਦੀਆਂ ਨੇ ਜਿਹੜੇ ਕਲਾਸਰੂਮ ਦੇ ਵਿੱਚ ਪੰਜਾਬੀ ਬੋਲਦੇ ਨੇ। ਤੋ ਭਾਈ, ਉਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਕਿ ਜੇ ਸੂਬੇ ਦੇ ਵਿੱਚ ਤੁਸੀਂ ਬੈਠੇ ਹੋ, ਜੇ ਸੂਬੇ ਦੇ ਲੋਕਾਂ ਦੇ ਅਰਥਚਾਰੇ ਦੇ ਨਾਲ ਤੁਸੀਂ ਵਪਾਰ ਕਰਦੇ ਹੋ, ਤੁਸੀਂ ਉਹ ਸੂਬੇ ਦੀ ਮਾਤ ਭਾਸ਼ਾ ਨੂੰ ਕਿਉਂ ਰੋਲ ਰਹੇ? ਇਸ ਗੱਲ ਲਈ ਉਹ ਬਹਾਨਾ ਲਾਉਂਦੇ ਨੇ ਕਿ ਅੰਗਰੇਜ਼ੀ ਵਿੱਚ ਬੱਚੇ ਪੜ੍ਹਨਗੇ, ਪਟਾਕ ਪਟਾਕ ਬੋਲਣਗੇ ਤੇ ਉਸ ਹਾਲ ਦੇ ਵਿੱਚ ਉਹ ਅੱਛੀ ਤਰੱਕੀ ਕਰ ਸਕਣਗੇ। ਪਰ ਉਹ ਇਹਨੂੰ ਭੁੱਲ ਜਾਂਦੇ ਨੇ ਕਿ ਪੰਜਾਬੀ ਬੋਲੀ ਵਿੱਚ ਪੜ੍ਹਨ ਨਾਲ, ਲਿਖਣ ਨਾਲ, ਕੰਪੀਟੀਸ਼ਨਾਂ ਦੇ ਬਣ ਨਾਲ ਕੋਈ ਕੰਪੀਟੀਸ਼ਨ ਦੇ ਵਿੱਚ ਪਿੱਛੇ ਨਹੀਂ ਰਹਿ ਸਕਦਾ। ਬਹੁਤ ਸਾਰੇ IASPC ਆਫਿਸਰ ਇਹੋ ਜਿਹੇ ਨੇ ਪੰਜਾਬ ਦੇ ਵਿੱਚ ਜਿਹੜੇ ਆਪਣੀ ਮਾਂ ਬੋਲੀ ਦੇ ਵਿੱਚ ਆਪਣਾ ਇਮਤਿਹਾਨ ਦੇ ਕੇ ਟੋਪਰ ਬਣੇ ਨੇ। ਜਲੰਧਰ ਦੇ DC ਨੇ ਜਿਹੜੇ IAS ਦਾ ਉਹਨਾਂ ਨੇ ਐਗਜ਼ਾਮ ਦਿੱਤਾ ਦਿੱਲੀ ਦੇ ਵਿੱਚ, ਆਪਣੀ ਮਾਂ ਬੋਲੀ ਨੂੰ ਪੂਰਾ ਮਾਣ ਤਾਣ ਦਿੰਦਿਆਂ ਇਲੈਕਟਿਵ ਭਾਸ਼ਾ ਦੇ ਤੌਰ ਤੇ ਇੱਕ ਸਬਜੈਕਟ ਵਜੋਂ ਉਹਨਾਂ ਨੇ ਚੁਣਿਆ। ਸਾਰੇ ਭਾਸ਼ਣ ਜਵਾਬ ਜਿਹੜੇ ਨੇ ਉਹਨਾਂ ਨੇ ਪੰਜਾਬੀ ਵਿੱਚ ਦਿੱਤੇ। ਕ੍ਰਿਸ਼ਨ ਕੁਮਾਰ ਉਹਨਾਂ ਦੇ, ਕ੍ਰਿਸ਼ਨ ਚੰਦਰ ਉਹਨਾਂ ਦਾ ਨਾਮ ਹੈ, ਜਲੰਧਰ ਦੇ ਵਿੱਚ DC ਨੇ। ਤੋ ਉਹਨਾਂ ਨੇ ਇਹ ਸਾਰਾ ਕੁਝ ਉਹਨਾਂ ਨੇ ਕਰ ਲਿਆ ਤੇ ਸਾਡੇ ਬੱਚੇ ਜਿਹੜੇ ਆ ਉਹ ਕਿਉਂ ਨਹੀਂ ਇਹ ਗੱਲ ਕਰ ਸਕਦੇ? ਪਰ ਸਾਡੀਆਂ ਮਾਵਾਂ ਤੇ ਸਾਡੇ ਟੀਚਰ ਸਾਹਿਬਾਨ ਬੱਚਿਆਂ ਦੇ ਉੱਤੇ ਇਸ ਗੱਲ ਦਾ ਹੀ ਜ਼ੋਰ ਦਿੰਦੇ ਨੇ ਕਿ ਅੰਗਰੇਜ਼ੀ ਦੇ ਵਿੱਚ ਹੀ ਪੜ੍ਹਿਆ ਜਾਏ। ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਵਿਦੇਸ਼ ਦੀ ਗੱਲ ਹੈ। ਇੱਕ ਮਾਂ ਦਾ ਪੁੱਤਰ ਬਾਹਰ ਚਲੇ ਜਾਂਦਾ, ਦੂਰ ਚਲੇ ਜਾਂਦਾ, ਉਹ ਜਦੋਂ ਦੂਰ ਚਲੇ ਜਾਂਦਾ ਤੇ 15-20 ਸਾਲਾਂ ਬਾਅਦ ਉਹ ਵਾਪਸ ਆਉਂਦਾ। ਉਹ ਜਦੋਂ ਵਾਪਸ ਆਉਂਦਾ ਤੇ ਉਹ ਆਪਣੀ ਮਾਂ ਦੇ ਨਾਲ ਆਪਣੀ ਮਾਂ ਬੋਲੀ ਦੇ ਵਿੱਚ ਗੱਲ ਕਰਦਾ। ਜਦ ਉਹਨੂੰ ਉਹ ਪੁੱਛਦੀ ਆ ਕਿ ਤੈਨੂੰ ਫਲਾਨਾ ਬੰਦਾ ਮਿਲਿਆ ਸੀ, ਕਹਿੰਦੇ ਹਾਂ ਮਿਲਿਆ ਸੀ। ਫਲਾਨਾ ਬੰਦਾ ਮਿਲਿਆ ਸੀ ਤੈਨੂੰ? ਹਾਂ ਮਿਲਿਆ ਸੀ। ਤੇ ਤੂੰ ਉਸ ਦੇ ਨਾਲ ਕਿਹੜੀ ਬੋਲੀ ਦੇ ਵਿੱਚ ਗੱਲ ਕੀਤੀ ਸੀ? ਕਹਿੰਦਾ ਮੈਂ ਉਸ ਦੇ ਨਾਲ ਮੈਂ ਅੰਗਰੇਜ਼ੀ ਦੇ ਵਿੱਚ ਗੱਲ ਕੀਤੀ ਤੇ ਉਸਨੇ ਆਪਣੀ ਜਿਹੜੀ ਚੀਨੀ ਭਾਸ਼ਾ ਉਹਦੇ ਵਿੱਚ ਗੱਲ ਕੀਤੀ। ਤੇ ਕਹਿੰਦੇ ਮਾਂ ਨੇ ਬਹੁਤ ਵੱਡਾ ਸਾਰਾ ਕੁੰਡ ਚੁੱਕ ਜਿਹੜਾ ਕੱਢ ਲਿਆ। ਉਹਨੇ ਇਹ ਗੱਲ ਕਹੀ ਕਿ ਮੇਰਾ ਪੁੱਤਰ ਜਿਹਨੂੰ ਮੈਂ ਆਪਣੇ ਦਿਲ ਦਾ ਟੋਟਾ ਸਮਝਦੀ ਹਾਂ, ਜਿਹਨੂੰ ਮੈਂ ਆਪਣੀਆਂ ਮਾਂ ਦੀਆਂ ਲੋਰੀਆਂ ਦੇ ਕੇ ਆਪਣੀ ਮਾਂ ਭਾਸ਼ਾ ਸਿਖਾਈ, ਆਪਣਾ ਦੁੱਧ ਚੁਗਾਇਆ, ਉਹ ਤਾਂ ਮਰ ਗਿਆ। ਕਿਉਂਕਿ ਉਹਨੇ ਇਹ ਕਿਹਾ ਕਿ ਜਿਹੜੇ ਆਪਣੀ ਮਾਂ ਬੋਲੀ ਨੂੰ ਸਹੀ ਮਹਿਨਿਆਂ ਦੇ ਵਿੱਚ ਯਾਦ ਨਹੀਂ ਕਰਦੇ, ਉਹ ਅਸਲ ਵਿੱਚ ਉਹਨਾਂ ਦੀ ਆਪਣੇ ਆਪ ਹੀ ਮੌਤ ਹੋ ਜਾਂਦੀ ਹੈ। ਮਾਨਸਿਕ ਤੌਰ ਤੇ ਵੀ ਉਹ ਮਰੇ ਹੋਏ ਮਹਿਸੂਸ ਕਰਦੇ ਨੇ। ਸੋ ਅੱਜ ਜਿਸ ਵੇਲੇ ਪਿਛਲੇ ਦਿਨਾਂ ਦੇ ਵਿੱਚ ਕੱਲ੍ਹ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦੇ ਤੌਰ ਤੇ UNO ਵੱਲੋਂ ਪੂਰੇ ਸ੍ਰਿਸ਼ਟੀ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾ ਰਿਹਾ ਤੇ ਸਾਡੇ ਪੰਜਾਬੀ ਪਿਆਰੇ ਜਿਹੜੇ ਲਗਭਗ 10 ਕਰੋੜ ਗਿਣਤੀ, 10-11 ਕਰੋੜ ਜਿਹਨਾਂ ਦੀ ਗਿਣਤੀ ਵਰਲਡ ਵਾਈਡ ਹੈ,
ਚਾਹੇ ਉਹ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ, ਚਾਹੇ ਪੰਜਾਬ ਇੰਧਰਲੇ ਚ ਰਹਿੰਦੇ ਨੇ, ਚਾਹੇ ਉਹ ਇੰਗਲੈਂਡ, ਕੈਨੇਡਾ, ਅਮਰੀਕਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੂੰ ਆਪਣੀ ਮਾਂ ਬੋਲੀ ਦਾ ਲੜ ਨਹੀਂ ਛੱਡਣਾ ਚਾਹੀਦਾ। ਦੇਖੋ ਕੈਨੇਡਾ ਵਰਗੇ ਥਾਂ ਦੇ ਉੱਤੇ ਉੱਥੇ ਦੀ ਤੀਜੀ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਹੈ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਤੀਜੀ ਭਾਸ਼ਾ ਜਿਹੜੀ ਹੈ ਪੰਜਾਬੀ ਹੈ ਉੱਥੇ, ਇੰਨੇ ਲੋਕ ਪੰਜਾਬ ਦੇ ਉੱਥੇ ਗਏ ਹੋਏ ਨੇ। ਇਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਵੀ ਪੰਜਾਬੀਆਂ ਨੇ ਉੱਥੇ ਆਪਣੀ ਬੋਲੀ ਨੂੰ ਪੂਰਾ ਰੱਖਣ ਦੇ ਲਈ ਬਹੁਤ ਸਾਰਾ ਤਾਣ ਲਾਇਆ, ਗੁਰਦੁਆਰਿਆਂ ਵਿੱਚ ਪੰਜਾਬੀ ਪੜ੍ਹਾਈ ਜਾਂਦੀ ਹੈ, ਪਰ ਪੰਜਾਬ ਦੇ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ ਉਹਨਾਂ ਸਕੂਲਾਂ ਤੋਂ ਪਰੇ ਕਰਕੇ ਅੰਗਰੇਜ਼ੀ ਪੜ੍ਹਾਉਣ ਦੇ ਚਾਅ ਦੇ ਵਿੱਚ ਉਹਨਾਂ ਤੋਂ ਉਹਨਾਂ ਦੀ ਮਾਤ ਭਾਸ਼ਾ ਜਿਹੜੀ ਹੈ ਖੋ ਰਹੇ ਆ। ਇਸ ਗੱਲ ਵੱਲਾਂ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਮੈਂ ਗੱਲ ਕਰਿਆ ਕਰਦਾ ਕਿ ਪੰਜਾਬ ਦਾ ਬ੍ਰੇਨ ਡਰੇਨ ਹੋ ਰਿਹਾ ਤੇ ਪੰਜਾਬ ਦੀ ਮਾਤ ਭਾਸ਼ਾ ਜਿਹੜੀ ਹੈ ਉਸ ਨੂੰ ਵੀ ਖੋਇਆ ਜਾ ਰਿਹਾ। ਸਰਕਾਰਾਂ ਤਾਂ ਖੋ ਹੀ ਰਹੀਆਂ ਨੇ, ਪਰ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਉਸ ਪੰਜਾਬੀ ਦੀ ਦੁਰਕਤ ਕਰਾ ਰਹੇ ਹਾਂ। ਬਿਲਕੁਲ, ਪੰਜਾਬੀ ਦੀ ਜੋ ਮਾਤਰ ਭਾਸ਼ਾ ਹੈਗੀ ਉਹ ਬਿਲਕੁਲ ਆਪਣੀ ਦਿਲੋਂ ਜਿਹੜੀ ਆਪਣੀ ਬੱਚੋਂ ਮਾਂ ਪਿਓ ਦੀ ਤਰਫੋਂ ਇੱਕ ਐਸੀ ਮਿਲੀ ਹੈਗੀ ਕਿ ਜਿਹਨੂੰ ਕਿ ਆਪਾਂ ਕਹਿ ਲਈਏ ਪੰਜਾਬੀ ਬੋਲਣਾ ਇੱਕ ਬਹੁਤ ਹੀ ਜ਼ਰੂਰੀ ਹੈਗਾ, ਪੰਜਾਬੀ ਮਾਤਰ ਭਾਸ਼ਾ ਜਿਹਨੂੰ ਆਪਾਂ ਕਹਿੰਦੇ ਹਾਂ। ਲੇਕਿਨ ਕਿਉਂਕਿ ਇਹ ਮਾਂ ਬਾਪ ਵੱਲੋਂ ਦਿੱਤੀ ਹੋਈ ਬੱਚਿਆਂ ਨੂੰ ਇੱਕ ਦਾਤ ਹੈ, ਇੱਕ ਤੋਹਫ਼ਾ ਹੈ। ਬਿਲਕੁਲ, ਦਾਤ ਹੈ ਤੇ ਉਹ ਅੰਗਰੇਜ਼ੀ ਭਾਸ਼ਾ ਤਾਂ ਜ਼ਰੂਰ ਸਕੂਲਾਂ ਦੇ ਟੀਚਰ ਪੜ੍ਹਾਉਂਦੇ ਆ, ਲੇਕਿਨ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਦੀ ਵੀ ਬਹੁਤ ਅਹਿਮੀਅਤ ਹੈਗੀ। ਮੇਨ ਪੰਜਾਬੀ ਨੂੰ ਲੈ ਕੇ ਚੱਲਣਾ ਚਾਹੀਦਾ ਤਾਂ ਕਿ ਬਾਹਰ ਜਾਣ ਨਾਲੋਂ ਜਿਹੜੇ ਅੱਜ ਕੱਲ੍ਹ ਦੇ ਬੱਚੇ ਹੈਗੇ, ਨੌਜਵਾਨ ਹੈਗੇ, ਉਹ ਕੰਮਾਂ ਲਈ ਬਾਹਰ ਜਾਂਦੇ ਆ, ਅੰਗਰੇਜ਼ੀ ਦਾ ਵਰਤੋਂ ਕਰਦੇ ਹੈਗੇ। ਜੇ ਉਹ ਪੰਜਾਬੀ ਦੀ ਵਰਤੋਂ ਪੂਰੇ ਤਰੀਕੇ ਨਾਲ ਕਰਨ ਤਾਂ ਉਹਨਾਂ ਨੂੰ ਆਪਣੇ ਸੂਬੇ 'ਚ ਹੀ ਕੰਮ ਮਿਲ ਸਕਦਾ, ਨਾ ਕਿ ਉਹ ਬਾਹਰ ਜਾ ਕੇ ਕੰਮ ਕਰ ਸਕਦੇ ਨੇ। ਸੋ ਬਿਲਕੁਲ ਧੰਨਵਾਦ ਪਲਾਹੀ ਜੀ ਇਸ ਪ੍ਰੋਗਰਾਮ 'ਚ ਗੱਲਬਾਤ ਕਰਨ ਲਈ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਕੁਲਦੀਪ ਜੀ। ਸੋ ਇਹ ਸੀ ਸਾਡਾ ਖਾਸ ਪ੍ਰੋਗਰਾਮ ਖਬਰ 'ਤੇ ਨਜ਼ਰ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।